ਤੇ ਤੁਹਾਡਾ ਦੂਸਰਾ ਸਵਾਲ ਇਹ ਰਿਹਾ, ਸਵਾਲ ਸੌਖੇ ਸੌਖੇ ਕਰਿਓ ਜੀ, ਸਵਾਲ ਤਾਂ ਬਹੁਤ ਜ਼ਿਆਦਾ ਨਜਾਇਜ਼ ਹੀ ਸੌਖੇ ਨੇ ਜੀ, ਬਸ ਤੁਸੀਂ ਮੈਨੂੰ 33 ਨੰਬਰਾਂ ਦੇ ਲੈ ਜਾਓ। ਗਲਤ ਜਵਾਬ। ਗਲਤ ਨੂੰ ਬਹੁਤ ਠੋਕੇ ਗਏ ਨੇ। ਹੋ ਗਿਆ ਟਾਈਮ, ਹੋ ਗਿਆ ਭਾਜੀ, ਹੋ ਗਿਆ ਟਾਈਮ, ਹੋ ਗਿਆ ਤੁਸੀਂ, ਉਹ ਮੇਰਾ ਮੈਨੂੰ ਪੁਆਇੰਟ ਵੈਂਡ ਹੋ ਗਿਆ ਬਈ। ਔਖੇ ਸਵਾਲ ਪੁੱਛਣੇ ਮਨਾ ਹਨ, ਪਲੀਜ਼। ਬਿਲਕੁਲ ਸਹੀ ਜਵਾਬ ਹੈ, ਵੈਰੀ ਗੁੱਡ। ਮੈਂ ਕਦੇ ਚੈੱਕ ਹੀ ਨਹੀਂ ਕੀਤਾ ਆਪਣੇ ਆਪ ਨੂੰ, ਮੈਂ ਇੰਨਾ ਹੁਸ਼ਿਆਰ ਹਾਂ। ਸਤਿ ਸ਼੍ਰੀ ਅਕਾਲ ਜੀ, ਟਾਈਮ ਟਾਈਮ ਦੀ ਗੱਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਬਈ ਅੱਜ ਮੈਂ ਬਹੁਤ ਜ਼ਿਆਦਾ ਖੁਸ਼ ਹਾਂ, ਕਿਉਂਕਿ ਅੱਜ ਮੇਰੇ ਸ਼ੋਅ 'ਚ ਮੇਰੇ ਇੱਕ ਨਹੀਂ ਬਲਕਿ ਦੋ ਫੇਵਰੇਟ ਆਰਟਿਸਟ ਪਹੁੰਚਣੇ। ਮਤਲਬ ਮੈਨੂੰ ਲੱਗਦਾ ਕਿ ਇਹਨਾਂ ਦੇ ਸੌਂਗਸ ਬਿਨਾਂ ਨਾ ਮੇਰੀ ਲਾਈਫ ਅਧੂਰੀ ਹੋਣੀ ਸੀ। ਇਹ ਜਿਹਾ ਕਿਹੜਾ ਫੰਕਸ਼ਨ ਹੈ ਜੀ, ਕਿਹੜੀ ਸੈਲੀਬ੍ਰੇਸ਼ਨ ਹੈ ਜਿੱਥੇ ਇਹਨਾਂ ਦਾ ਗਾਣਾ ਨਹੀਂ ਵੱਜਿਆ? ਸੋ ਪਲੀਜ਼ ਮੈਂ ਵੈਲਕਮ ਕਰਦੀ ਹਾਂ ਨਨ ਅਦਰ ਦੈਨ ਸਰਬਜੀਤ ਚੀਮਾ ਜੀ ਅਤੇ KS ਮੱਖਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਵਧੀਆ, ਬਹੁਤ ਵਧੀਆ, ਤੁਸੀਂ ਸੁਣਾਓ? ਮੈਂ ਤਾਂ ਬਹੁਤ ਜ਼ਿਆਦਾ ਖੁਸ਼ ਹਾਂ। ਹੁਣ ਮੈਂ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਸਾਡੇ ਲਾਲ ਮਹਾਰਾਜ ਜੀ ਦੇ ਸਾਹਮਣੇ ਜਾ ਕੇ ਵਿਰਾਜਮਾਨ ਹੋ ਜਾਓ। ਲਾਲ ਜੰਤਰ? ਹਾਂਜੀ, ਇਹ ਸਾਡੇ ਲਾਲ ਮਹਾਰਾਜ ਜੀ ਨੇ, ਖਤਰੇ ਦੀ ਘੰਟੀ ਆ ਭਾਜੀ, ਇਹ ਸਾਡੇ ਸ਼ੋਅ ਦੇ ਹੀਰੋ ਨੇ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸ਼ੋਅ ਦਾ ਫਾਰਮੈਟ ਸਮਝਾ ਦਿੰਦੀ ਹਾਂ। ਜੀ ਜੀ। ਇਹ ਸ਼ੋਅ ਦੇ ਵਿੱਚ ਤੁਹਾਨੂੰ ਟੋਟਲ 20 ਸਵਾਲ ਪੁੱਛੇ ਜਾਣਗੇ। ਪਹਿਲੇ 8 ਸਵਾਲ 5 ਪੁਆਇੰਟਸ ਲਈ ਹੋਣਗੇ, ਦੂਸਰੇ 8 ਸਵਾਲ 10 ਪੁਆਇੰਟਸ ਲਈ ਹੋਣਗੇ ਤੇ ਅਖੀਰਲੇ 4 ਸਵਾਲ ਹੋਣਗੇ 20 ਪੁਆਇੰਟਸ। ਉਹ ਭਾਵੇਂ ਤੁਸੀਂ 100-100 ਵਾਲੇ ਲਾ ਲਓ ਜੀ, ਜਿੱਤਣਾ ਭਾਜੀ ਨੇ, ਮੈਂ ਤਾਂ ਮੈਂ ਲੈ ਕੇ ਜਾਈ, ਜੇ ਮੈਨੂੰ ਕੋਈ ਹੋਰ ਘੋਲ ਛੋਲ ਜਿਹਾ ਦੇ ਦਿੰਦੇ ਫਿਰ ਮੈਂ ਸ਼ਾਇਦ ਜਿੱਤ ਜਾਂਦਾ। ਸਵਾਲਾਂ ਦੀ ਕੁਸ਼ਤੀ ਹੋਣੀ ਹੈ ਜੀ। ਕੋਈ ਨਹੀਂ ਕੋਈ ਨਹੀਂ, ਚਲੋ ਤੁਸੀਂ ਪਹਿਲਾਂ ਹੀ ਆਪਦੇ ਹੱਥਾਂ ਵਿੱਚ ਤੋਂ 33 ਕਾ ਮੇਰਾ ਰੱਖ ਲਿਓ, ਬਾਕੀ 50 ਮੈਨੂੰ ਤੁਸੀਂ ਦੇ। ਪਾਸਿੰਗ ਨੰਬਰ ਹੈ ਨਾ? ਹਾਂਜੀ ਹਾਂਜੀ, 33 ਨੰਬਰ ਆ ਜੀ। ਤੁਸੀਂ ਜਿੱਤ ਜਾਓ। ਚਲੋ ਇਹ ਵੀ ਹੋ ਸਕਦਾ, ਨਹੀਂ ਪਤਾ ਜੀ। ਹਾਂ ਕੁਛ ਨਹੀਂ ਪਤਾ, ਟਾਈਮ ਟਾਈਮ ਦੀ ਗੱਲ ਹੈ। ਮੇਰੇ ਨਾਲੋਂ ਇੰਟੈਲੀਜੈਂਟ ਆ ਮੱਖਣ। ਹਾਂ ਪਹਿਲਾਂ ਕੀ ਪਤਾ ਅੰਦਰੋਂ ਦਿਖਾਉਂਦੇ ਨੇ ਵੀ ਮੈਂ ਡਰਿਆ ਡਰਿਆ ਮਹਿਸੂਸ ਕਰਾਉਣਾ, ਬਾਅਦ ਵਿੱਚ ਪਤਾ ਤੱਬ ਦਾ। ਭਾਜੀ ਮੈਨੂੰ ਇਦਾਂ ਲੱਗਦਾ ਜਿੱਦਾਂ 8ਵੀਂ ਬੋਰਡ ਦੀ ਨਹੀਂ ਹੁੰਦੀ, ਉਹ ਫੀਲ ਆ ਰਿਹਾ ਵੀ ਜਿੱਦਾਂ ਪਤਾ ਨਹੀਂ। ਸਹੀ। ਤੇ ਹੁਣ ਮੈਂ ਤੁਹਾਨੂੰ ਸ਼ੋਅ ਦੇ ਰੂਲਸ ਵੀ ਸਮਝਾ ਦਿੰਦੀ ਹਾਂ। ਜੀ ਸ਼ੋਅ ਦੇ ਸਿੰਪਲ ਜੇ ਸਿੱਧੇ ਸਾਦੇ 4 ਰੂਲ ਨੇ। ਪਹਿਲਾ ਰੂਲ ਇਹ ਆ ਕਿ ਆਨਸਰ ਦੇਣ ਲਈ ਬਜ਼ਰ ਦੱਬਣਾ ਜ਼ਰੂਰੀ ਹੈ। ਚੌਦਾ ਦੂਸਰਾ ਰੂਲ ਹੈ, ਜਿਹੜਾ ਪਹਿਲਾਂ ਬਜ਼ਰ ਦੱਬੂਗਾ ਉਹਨੂੰ ਹੀ ਪਹਿਲਾਂ ਜਵਾਬ ਦੇਣ ਦਾ ਮੌਕਾ ਮਿਲੂਗਾ। ਠੀਕ ਹੈ। ਚੌਦਾ ਤੀਸਰਾ ਰੂਲ, ਇਹਦੇ 'ਚ 2 ਹੀ ਮੌਕੇ ਮਿਲਣਗੇ। ਅਜੇ ਵੀ ਮੈਂ ਤੁਹਾਡੇ ਪਾਸੇ ਖੜਾ, ਮੈਨੂੰ ਰਾਇਤ ਥੋੜ੍ਹੀ ਜਿਹੀ। ਪੂਰੀ ਰਿਆਇਤ ਦਿੱਤੀ ਜਾਏਗੀ ਤੁਹਾਨੂੰ, ਤੁਸੀਂ ਟੌਰ ਨਾਲ ਬਜ਼ਰ ਦੱਬ ਕੇ ਬਸ, ਚਾਹੇ ਤੁਸੀਂ ਗਲਤ ਵੀ ਜਵਾਬ ਦੇ ਦਿਓ, ਮੈਂ ਇੱਥੇ ਖੜੀ ਹਾਂ। ਦੇਖੋ ਸਾਨੂੰ ਆਨਸਰ ਆਵੇ ਜਾਂ ਨਾ ਆਵੇ, ਇਹ ਟੌਰ ਨਾਲ ਦੱਬਾਂਗੇ। ਇਹੀ ਮੇਰੇ ਤੋਂ ਤਾਂ ਹੋਣਾ ਚਾਹੀਦਾ, ਇਹ ਟੌਰ ਨਾਲ ਦੱਬਾਂਗੇ। ਠੀਕ ਹੈ ਜੀ। ਤੇ ਹੁਣ ਸ਼ੋਅ ਦਾ ਚੌਥਾ ਰੂਲ, ਮੇਰਾ ਸਵਾਲ ਖਤਮ ਹੋਣ ਤੋਂ ਪਹਿਲਾਂ ਜੇ ਤੁਸੀਂ ਬਜ਼ਰ ਦੱਬ ਦਿੰਦੇ ਹੋ ਤਾਂ ਤੁਸੀਂ ਉਸ ਸਵਾਲ 'ਚੋਂ ਆਊਟ ਹੋ ਜਾਓਗੇ, ਇਸ ਲਈ ਮੇਰਾ ਸਵਾਲ ਸੁਣਨਾ ਜ਼ਰੂਰੀ ਹੈ। ਸਵਾਲ ਸੁਣ ਕੇ ਨਾਲ ਦੀ ਨਾਲ ਤੁਸੀਂ ਦੱਬ ਸਕਦੇ ਹੋ ਬਜ਼ਰ, ਤੇ ਉਸ ਤੋਂ ਬਾਅਦ ਮੈਂ ਆਪਸ਼ਨਸ ਵੀ ਦਊਂਗੀ, 3 ਆਪਸ਼ਨ, ਜ਼ਰੂਰੀ ਨਹੀਂ ਕਿ ਤੁਸੀਂ ਬਜ਼ਰ ਦੱਬ ਕੇ ਨਾਲ ਦੀ ਨਾਲ ਜਵਾਬ ਵੀ ਦੇਣਾ। ਇੰਨੇ ਸਟ੍ਰੈਕਟ ਸਾਡੇ ਸੱਤਿਆ ਭੈਣ ਜੀ ਹੁੰਦੇ ਸੀ ਜਲੰਧਰ ਵਾਲੇ, ਉਹ ਵੀ ਇੱਦਾਂ ਹੀ ਕਹਿੰਦੇ ਹੁੰਦੇ। ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਗੇਮ, ਤੇ ਪਹਿਲਾ ਰਾਊਂਡ ਹੈ ਜੀ ਨੌਨ ਫਿਲਮੀ, ਉਹਦੇ 'ਚ ਤੁਹਾਨੂੰ 8 ਸਵਾਲ ਪੁੱਛੇ ਜਾਣਗੇ ਤੇ ਹਰ ਸਹੀ ਜਵਾਬ 'ਤੇ ਤੁਹਾਨੂੰ 5 ਪੁਆਇੰਟਸ ਮਿਲਣਗੇ। ਚਲੋ ਜੀ, ਠੀਕ ਹੈ ਜੀ। ਕਿਹੜਾ ਡਿਸਟ੍ਰਿਕਟ ਮਾਝੇ ਏਰੀਏ ਦਾ ਹਿੱਸਾ ਨਹੀਂ ਹੈ?
ਜਿਵੇਂ ਕਿ ਉਹਨਾਂ ਨੇ ਬਜ਼ਰ ਦੱਬਿਆ। ਤੁਹਾਡੇ ਆਪਸ਼ਨਸ ਨੇ ਅੰਮ੍ਰਿਤਸਰ, ਪਠਾਨਕੋਟ ਜਾਂ ਕਪੂਰਥਲਾ। ਕਪੂਰਥਲਾ ਬਿਲਕੁਲ ਸਹੀ ਜਵਾਬ ਹੈ। ਵੈਰੀ ਗੁੱਡ, 5 ਪੁਆਇੰਟਸ ਲੈ ਗਏ। ਮੈਂ ਕਲੀਅਰ ਕੀਤਾ ਜਿੱਤਣਾ ਭਾਜੀ ਨੇ। ਸਵਾਲ ਟੇਢਾ ਹੀ ਪਾਉਂਦੇ, ਤੁਸੀਂ ਜਲੰਧਰ ਨਹੀਂ ਬੋਲਿਆ, ਦੇਖੋ ਕਲੀਅਰ ਹੈ ਵੀ ਮਾਝੇ ਤਾਂ ਹੈ ਨੀ, ਕਪੂਰਥਲਾ ਥੋੜਾ ਜਿਹਾ ਸੈਂਟਰ ਜਿਹਾ ਚਾਹੁੰਦਾ। ਓਦਾਂ ਮੈਂ ਇੱਥੇ ਐਕਸ਼ਨ ਲੈ ਸਕਦਾ ਕਿਉਂਕਿ ਜਦੋਂ ਲੋਕ ਸਭਾ ਹੁੰਦੀ ਆ ਉਧਰਲੇ ਕੁਛ ਪਿੰਡ ਆਉਂਦੇ ਆ ਜੀ, ਓਦਾਂ ਇੰਡੀਆ ਚ ਏਰੀਆ ਵਾਈਜ ਸਭ ਤੋਂ ਲਾਰਜ ਸਟੇਟ ਕਿਹੜੀ ਹੈ? ਸਭ ਤੋਂ ਪਹਿਲਾਂ ਤੁਸੀਂ ਬਦਲ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਗੁਜਰਾਤ, ਮੱਧ ਪ੍ਰਦੇਸ਼ ਜਾਂ ਰਾਜਸਥਾਨ। ਰਾਜਸਥਾਨ ਬਿਲਕੁਲ ਸਹੀ ਜਵਾਬ, ਬਿਲਕੁਲ ਸਹੀ ਜਵਾਬ। ਤੇ ਇਸੇ ਤਰ੍ਹਾਂ ਹੀ 5 ਪੁਆਇੰਟ। ਸਵਾਲ ਔਖੇ ਹੋਵੇ, ਸਵਾਲ ਔਖੇ ਤੁਸੀਂ ਚੂਜ਼ ਕੀਤੇ ਹੋਏ। ਨਹੀਂ ਦੇਖੋ ਕਿੰਨੇ ਔਖੇ ਨੇ ਇਹ, ਕਿੱਡਾ ਸੀ ਥੋੜਾ ਜਿਹਾ। ਆਓ ਜੀ ਬਾਅਦ ਚ ਮੈਨੂੰ 33 ਨੰਬਰਾਂ ਦੇ ਲੈ ਜਾਓ, ਮੈਂ ਫੇਰ ਨਹੀਂ ਮੰਨਦਾ। ਤੁਹਾਡਾ ਮਾਰਜਨ ਜਾਂ ਤਾਂ 30 ਹੋਣਗੇ ਜਾਂ 35। ਮੇਰੇ ਕਹਿੰਦੇ ਮੈਂ ਸਕੂਲ ਦੇ ਹਿਸਾਬ ਨਾਲ 5-5 ਠੀਕ। ਆਓ ਜੀ ਤੇ ਇਸੇ ਤਰ੍ਹਾਂ ਹੀ ਤੁਸੀਂ ਬਰਾਬਰੀ ਤੇ ਹੋਣ, 5-5 ਪੁਆਇੰਟਸ ਦੋਹਾਂ ਦੇ। ਤੇ ਤੁਹਾਡਾ ਤੀਸਰਾ ਸਵਾਲ ਇਹ ਰਿਹਾ, ਅੱਖਾਂ ਪੱਕ ਜਾਣ ਦਾ ਕੀ ਮਤਲਬ ਹੈ? ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ ਉਡੀਕ ਕਰ ਕਰਕੇ ਥੱਕਣਾ, ਟਾਲਣਾ ਜਾਂ ਬਹੁਤ ਚਤੁਰਾਈ ਦਿਖਾਉਣਾ। ਉਡੀਕਾਂ ਕਰ, ਉਡੀਕ ਕਰ ਕਰਕੇ ਥੱਕਣਾ। ਹਾਂ ਜੇ ਤੁਸੀਂ ਟਾਲਣਾ ਕਹਿ ਦਿੰਦੇ ਨਾ ਤਾਂ ਉਹ ਗਲਤ ਹੋ ਜਾਣਾ ਸੀ। ਬਿਲਕੁਲ ਸਹੀ ਜਵਾਬ ਹੈ, ਵੈਰੀ ਗੁੱਡ। ਬਿਨਾਂ ਢੋਲ ਤੋਂ ਭੰਗੜਾ। 5 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ। ਜੀ ਜੀ ਜੀ, ਮੈਂ ਕਿਹਾ ਸੀ ਨਾ ਇਹ ਪਹਿਲਾਂ ਦਿਖਾ ਰਹੇ ਸੀ ਵੀ ਹਾਂ ਵੀ ਮੈਂ ਤਾਂ ਨਹੀਂ ਨਹੀਂ ਐਂ ਤੱਕ। ਤੇ ਇਹ ਰਿਹਾ ਤੁਹਾਡਾ ਚੌਥਾ ਸਵਾਲ ਜੀ, ਦੁਆਬਾ ਏਰੀਆ ਦੇ ਵਿੱਚ ਕਿੰਨੇ ਡਿਸਟ੍ਰਿਕਟ ਸ਼ਾਮਿਲ ਨੇ? ਕਿਆ ਬਾਤ, ਆਹੀ ਆਹੀ ਫੁਰਤੀ ਚਾਹੀਦੀ ਸੀਗੀ। ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਤੇ ਤੁਹਾਡੇ ਆਪਸ਼ਨਸ ਨੇ 4 ਡਿਸਟ੍ਰਿਕਟ, 5 ਡਿਸਟ੍ਰਿਕਟ ਜਾਂ 6 ਡਿਸਟ੍ਰਿਕਟ। ਦੁਆਬਾ ਜੀ? ਹਾਂਜੀ। 5 ਬਿਲਕੁਲ ਸਹੀ ਜਵਾਬ ਹੈ, ਵੈਰੀ ਗੁੱਡ। ਦੇਖੋ ਇੱਕਦਮ ਹੁਣ ਇਹਨਾਂ ਨੇ ਸਪੀਡ ਫੜ ਲਈ ਇਹਨਾਂ ਨੇ। ਹਾਂਜੀ ਹਾਂਜੀ ਹਾਂਜੀ। ਤੇ 5 ਨੰਬਰ ਹੋਰ ਲੈ ਕੇ ਜਾ ਚੁੱਕੇ, ਸ਼ੁਕਰੀਆ ਰੱਬ ਦਾ, ਸ਼ੁਕਰੀਆ। ਤੇ ਹੁਣ ਜਿਹੜਾ 5ਵਾਂ ਸਵਾਲ ਹੈ ਉਹ ਸਕਰੀਨ ਤੇ ਹੋਏਗਾ ਜੀ। ਅੱਛਾ ਜੀ। ਸਕਰੀਨ ਤੇ ਨਾ ਤੁਹਾਨੂੰ ਇੱਕ ਕਲਰ ਦਿਖਾਇਆ ਜਾਊਗਾ, ਤੁਸੀਂ ਉਸ ਕਲਰ ਦੇ 5 ਕੁਦਰਤੀ ਚੀਜ਼ਾਂ ਦੱਸਣੀਆਂ ਨੇ। 5 ਜੀ, 5 ਕੁਦਰਤੀ ਚੀਜ਼ਾਂ ਉਸ ਰੰਗ ਦੀਆਂ ਜਿਹੜਾ ਰੰਗ ਤੁਹਾਨੂੰ ਸਕਰੀਨ 'ਤੇ ਦਿਖਾਇਆ ਜਾਊਗਾ। ਬਟ ਇਹਦੇ 'ਚ ਇਹ ਆ ਕਿ ਇਹ ਦੱਸਣ ਲਈ ਸਿਰਫ ਇੱਕ ਹੀ ਜਣੇ ਨੂੰ ਮੌਕਾ ਮਿਲੂਗਾ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੂਗਾ, ਅਤੇ 30 ਸੈਕਿੰਡ ਦੇ ਵਿੱਚ ਤੁਸੀਂ 5 ਚੀਜ਼ਾਂ ਗਣਾਉਣੀਆਂ ਨੇ, ਜਿਹੜਾ ਕਿ ਬਹੁਤ ਖੁੱਲ੍ਹਾ ਟਾਈਮ ਹੈ। ਔਖਾ ਭੱਜਦਾ ਦਿੰਦੇ, 30 ਸੈਕਿੰਡ ਦਾ ਟਾਈਮ ਮਿਲੂਗਾ, ਠੀਕ ਹੈ। ਚਲੋ ਜੀ, ਉਹ ਕਲਰ ਹੈ ਬਲੈਕ। ਹਾਂਜੀ, ਤੁਹਾਡਾ ਟਾਈਮ ਸ਼ੁਰੂ ਹੋ ਚੁੱਕਿਆ। ਕਾਲੇ ਰੰਗ ਦੀਆਂ ਚੀਜ਼ਾਂ ਕੁਦਰਤੀ, ਕਾਲੀ ਅੱਖ, ਸੁਰਮਾ। ਸੁਰਮਾ ਨਹੀਂ, ਨੈਚੁਰਲ ਹੁੰਦਾ ਸੁਰਮਾ, ਕਾਲਾ ਹੁੰਦਾ। ਓਕੇ ਠੀਕ ਹੈ। ਹਾਂਜੀ, ਮਸਕਾਰਾ ਨਹੀਂ, ਮਸਕਾਰਾ ਨਹੀਂ, ਨੈਚੁਰਲ ਹੁੰਦਾ ਕੁਦਰਤੀ। ਕਾਂ, ਕਾਂ। ਹਾਂਜੀ ਬਿਲਕੁਲ। ਦੋ ਕਾਲੀ ਮੱਝ, ਕਾਲਾ ਝੋਟਾ, ਕਾਲੀ ਬੱਕਰੀ।
ਬਣ ਗਈ ਗੱਲ ਬਣ ਗਈ ਗੱਲ ਤੇ ਤੁਸੀਂ ਸੱਤ ਗਣਾ ਤੇ ਹਾਂਜੀ ਤੇ ਇਸੇ ਦੇ ਨਾਲ ਹੀ 5 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਵੈਰੀ ਗੁੱਡ ਚਲੋ ਜੀ ਹਾਂਜੀ ਅਗਲਾ ਸਵਾਲ ਦੁਨੀਆ ਦੀ ਸਭ ਤੋਂ ਕੋਲਡੈਸਟ ਪਲੇਸ ਕਿਹੜੀ ਹੈ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਤੁਹਾਡੇ ਆਪਸ਼ਨਸ ਨੇ ਆਈਲੈਂਡ ਯਾਨੀ ਕਿ ਆਈਸਲੈਂਡ ਮੰਗੋਲੀਆ ਜਾਂ ਅੰਟਾਰਕਟਿਕਾ ਆਈਲੈਂਡ ਗਲਤ ਜਵਾਬ ਹਾਂਜੀ ਤੁਸੀਂ ਦੱਸਣਾ ਚਾਹੋਗੇ ਹੁਣ ਦੋ ਆਪਸ਼ਨ ਹੈਗੇ ਤੁਹਾਡੇ ਕੋਲ ਮੰਗੋਲੀਆ ਜਾਂ ਅੰਟਾਰਕਟਿਕਾ ਮੰਗੋਲੀਆ ਗਲਤ ਜਵਾਬ ਮਗਰ ਹੁਣ ਵੀ ਆਪਾਂ ਨੂੰ ਪਕੜਾ ਪਾਉਣਾ ਚਾਹੀਦਾ ਦੋਨਾਂ ਨੂੰ ਨਹੀਂ ਹੁਣ ਬੈਠ ਕੇ ਪਾ ਲਈ ਦੋਨਾਂ ਨੂੰ ਨਹੀਂ ਆਇਆ ਇਹਦਾ ਸਹੀ ਜਵਾਬ ਹੈ ਅੰਟਾਰਕਟਿਕਾ ਤੁਸੀਂ ਉਹ ਨਾ ਹੀ ਗਲਤ ਹੈ ਜੀ ਹਾਂ ਉਹ ਨਾ ਨਹੀਂ ਸੁਣਿਆ ਸੀ ਕਦੀ ਸਾਨੂੰ ਲੈਣਾ ਹੀ ਨਹੀਂ ਆਉਂਦਾ ਕੋਈ ਸਵਾਲ ਹੀ ਗਲਤ ਪੁੱਛ ਰਹੇ ਤੁਸੀਂ ਉਹੀ ਕਹਿ ਦਿੰਦੇ ਤੀਜਾ ਤਾਂ ਵੀ ਜਿੱਤੇ ਆਣਾ ਸੀ ਬਟ ਚਲੋ ਕੋਈ ਨਾ ਮਾਣੇ ਇੱਕ ਅੱਧਾ ਤਾਂ ਸਵਾਲ ਔਖਾ ਚਾਹੀਦਾ ਵਿੱਚ ਮੰਗੋਲੀਆ ਇਹ ਸੱਚੀ ਉੱਥੇ ਹਾਂਜੀ ਉੱਥੇ -89 ਡਿਗਰੀ ਸੈਲਸੀਅਸ ਦਾ ਟੈਂਪਰੇਚਰ ਅੱਛਾ ਸਭ ਤੋਂ ਠੰਡੀ ਥਾਂ ਧਰਤੀ ਦੀ ਉਹੀ ਹੈ ਤੇ ਤੁਹਾਡਾ ਸੱਤਵਾਂ ਸਵਾਲ ਇਹ ਰਿਹਾ ਪੰਜਾਬ ਦਾ ਕਿਹੜਾ ਡਿਸਟ੍ਰਿਕਟ 2021 'ਚ ਹੀ ਬਣਾਇਆ ਗਿਆ ਹੈ ਅਤੇ ਤਾਂ ਸਭ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਬਜ਼ਰ ਦੱਬਿਆ ਫਿਰ ਤੁਸੀਂ ਅਤੇ ਤੁਹਾਡੇ ਆਪਸ਼ਨਸ ਨੇ ਪਠਾਨਕੋਟ ਮਲੇਰਕੋਟਲਾ ਜਾਂ SBS ਨਗਰ SBS ਨਗਰ ਗਲਤ ਜਵਾਬ ਮਲੇਰਕੋਟਲਾ ਹਾਂਜੀ ਤੁਸੀਂ ਮਲੇਰਕੋਟਲਾ ਬਿਲਕੁਲ ਸਹੀ ਜਵਾਬ ਇਹ 2 June 2021 'ਚ ਹੀ ਇਹਨੂੰ ਕਨਵਰਟ ਕੀਤਾ ਗਿਆ ਠੀਕ ਹੈ ਜੀ ਤੇ ਇਸੇ ਦੇ ਨਾਲ ਹੀ 5 ਪੁਆਇੰਟਸ ਤੁਹਾਡੇ ਵਾਲੇ ਇੱਧਰ ਆ ਚੁੱਕੇ ਨੇ ਜੀ 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 ਤੇ ਹੁਣ ਇਸ ਰਾਊਂਡ ਦਾ ਲਾਸਟ ਸਵਾਲ ਫਿਰ ਤੋਂ ਸਕਰੀਨ ਤੇ ਹੋਏਗਾ ਸਕਰੀਨ ਤੇ ਤੁਹਾਨੂੰ ਇੱਕ ਡਿਸ਼ ਦਿਖਾਈ ਜਾਊਗੀ ਖਾਣ ਵਾਲੀ ਡਿਸ਼ ਠੀਕ ਹੈ ਤੁਸੀਂ ਉਹਦੇ 5 ਇਨਗਰੀਡੀਐਂਟ ਦੱਸਣੇ ਨੇ ਵੀ ਉਹਦੇ 'ਚ ਕੀ ਕੀ ਪੈਂਦਾ ਵੀ ਕੀ ਮਿਲਾ ਕੇ ਉਹ ਚੀਜ਼ ਬਣਦੀ ਹੈ ਤੇ ਇਹਦੇ ਲਈ ਵੀ ਸੇਮ ਰੂਲ ਨੇ ਸਿਰਫ ਇੱਕ ਹੀ ਜਣਾ ਜਿਹੜਾ ਸਭ ਤੋਂ ਪਹਿਲਾਂ ਬਜ਼ਰ ਦੱਬੇਗਾ ਉਹ ਜਵਾਬ ਦੇ ਸਕਦਾ ਹੈ ਤੇ 30 ਸੈਕਿੰਡ ਦਾ ਟਾਈਮ ਮਿਲੇਗਾ ਉਹ ਡਿਸ਼ ਹੈ ਹਾਂਜੀ ਤੇ ਤੁਹਾਡਾ ਆਲੂ ਟਿੱਕੀ ਬਣਨ ਚ ਹਾਂਜੀ ਤੇਲ ਤੇਲ ਇੱਕ ਹੋ ਗਿਆ ਜੀ ਲੂਣ ਕਾਲੀ ਮਿਰਚ ਹਲਦੀ ਐਂਡ ਸੌਸ ਆਲੂ 5 ਹੋ ਗਏ ਮਸਾਲਾ ਸਰਬਜੀਤ ਚੀਮਾ ਜੀ 15 ਤੁਸੀਂ ਉਹ 15 ਤੇ ਵੈਰੀ ਗੁੱਡ ਮੱਖਣ ਜਿੱਤਦਾ ਹਾਲੇ ਹਾਲੇ ਜਿੱਤ ਵੱਲ ਵੱਧ ਰਹੇ ਨੇ ਬਟ ਜਿਵੇਂ ਜਿਵੇਂ ਅੱਗੇ ਅੱਗੇ ਆਪਾਂ ਰਾਊਂਡਸ ਵੱਲ ਵਧੀ ਜਾਵਾਂਗੇ ਉਵੇਂ ਉਵੇਂ ਗੇਮ ਮੱਗੀ ਜਾਊਗੀ ਥੋੜੀ ਟਫ ਹੁੰਦੀ ਜਾਊਗੀ ਅੱਛਾ ਨਹੀਂ ਨਹੀਂ ਐਦੋਂ ਟਫ ਹੋਣੀ
ਨਹੀਂ ਨਹੀਂ ਬਹੁਤ ਸੌਖੇ ਬਹੁਤ ਸੌਖੇ ਸਵਾਲ ਨੇ। ਚਲੋ ਜੀ ਆਓ ਜੀ ਤੇ ਹੁਣ ਹੈ ਜੀ ਸਾਡਾ ਬੋਨਸ ਰਾਉਂਡ। ਇਹਦੇ 'ਚ ਇੱਕ ਟਾਸਕ ਹੈ, ਇਹ ਟਾਸਕ ਕੰਪਲੀਟ ਕਰੇ ਤਾਂ ਤੁਹਾਨੂੰ ਸਿੱਧਾ 30 ਪੁਆਇੰਟ ਮਿਲਣਗੇ। ਬਟ ਇਹ ਤੁਹਾਡੇ ਦੋਹਾਂ 'ਚੋਂ ਕੋਈ ਇੱਕ ਹੀ ਬੰਦਾ ਲੈ ਸਕਦਾ ਜਿਹੜਾ ਸਭ ਤੋਂ ਪਹਿਲਾਂ ਇਹ ਟਾਸਕ ਕੰਪਲੀਟ ਕਰੂਗਾ। ਅਤੇ ਟਾਸਕ ਹੈ ਕਿ ਤੁਸੀਂ ਫੋਨ ਕਰਕੇ, ਕਿਸੇ ਨੂੰ ਵੀ ਫੋਨ ਕਰਕੇ ਉਹਦੇ ਮੂੰਹੋਂ ਟਾਈਮ ਟਾਈਮ ਦੀ ਗੱਲ ਬੁਲਵਾਉਣਾ। ਜਿਹੜਾ ਸਭ ਤੋਂ ਪਹਿਲਾਂ ਬੁਲਵਾ ਗਿਆ ਉਹਨੂੰ ਹੀ 30 ਪੁਆਇੰਟਸ ਮਿਲਣਗੇ, ਸਿੱਧਾ 30 ਪੁਆਇੰਟਸ। ਤੁਹਾਡਾ ਟਾਈਮ ਸ਼ੁਰੂ ਹੁੰਦਾ ਹੈ ਨਾਓ। ਯਾਰ 30 ਸੈਕਿੰਡ ਦਾ ਟਾਈਮ ਹੈ ਅਤੇ ਸਪੀਕਰ 'ਤੇ ਸਪੀਕਰ 'ਤੇ। ਅੱਛਾ ਜੀ ਬੁਲਵਾ ਕੇ ਟਾਈਮ ਟਾਈਮ ਦੀ ਗੱਲ ਸਿੱਧਾ 30 ਪੁਆਇੰਟ ਹੋਰ ਲੈ ਕੇ ਜਾ ਚੁੱਕੇ ਨੇ। ਕਿਆ ਬਾਤ ਹੈ, ਹੁਣ ਸ਼ੁਰੂ ਕਰਦੇ ਆਪਣਾ ਬਾਲੀਵੁੱਡ ਰਾਉਂਡ। ਠੀਕ ਹੈ ਜੀ, ਇਹਦੇ 'ਚ 8 ਸਵਾਲ ਹੋਣਗੇ, ਬਟ ਇਹਦੇ 'ਚ ਹਰ ਸਹੀ ਜਵਾਬ 'ਤੇ ਤੁਹਾਨੂੰ 10 ਪੁਆਇੰਟਸ ਮਿਲਣਗੇ। ਤੁਹਾਡਾ ਪਹਿਲਾ ਸਵਾਲ ਹੈ ਜੀ, ਲਵ ਪੰਜਾਬ ਮੂਵੀ ਦਾ ਕਿਹੜਾ ਸੌਂਗ ਕਪਿਲ ਸ਼ਰਮਾ ਨੇ ਗਾਇਆ ਹੈ? ਤੁਹਾਡਾ ਜਿਵੇਂ ਕਿ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ, ਤੁਸੀਂ ਹਾਲੇ ਨਹੀਂ ਦੱਬਿਆ। ਮੈਨੂੰ ਪਤਾ ਹੀ ਨਹੀਂ ਕਿਹੜਾ ਗਾਇਆ। ਤੁਹਾਡੇ ਆਪਸ਼ਨਸ ਨੇ ਹੀਰੇ, ਜ਼ਿੰਦਗੀ ਜਾਂ ਅੱਖੀਆਂ ਦੇ ਤਾਰੇ। ਹੀਰੇ। ਗਲਤ ਜਵਾਬ। ਹਾਂਜੀ ਤੁਸੀਂ ਦੱਸਣਾ ਚਾਹੋਗੇ? ਦੋ ਆਪਸ਼ਨ ਨੇ ਭਾਜੀ, ਹੁਣ ਤਾਂ ਸੂਤ ਲਾ ਲਓ। ਜ਼ਿੰਦਗੀ ਜਾਂ ਅੱਖੀਆਂ ਦੇ ਤਾਰੇ। ਅੱਖੀਆਂ ਦੇ ਤਾਰੇ ਬਿਲਕੁਲ ਸਹੀ ਜਵਾਬ ਹੈ, ਵੈਰੀ ਗੁੱਡ। ਇਸੇ ਦੇ ਨਾਲ ਹੀ 10 ਪੁਆਇੰਟਸ ਮਿਲ ਗਏ ਨੇ ਤੁਹਾਨੂੰ ਸਿੱਧਾ। ਮਾਰਿਆ ਤੁੱਕਾ ਹੀ ਸੀ ਮੈਂ। ਮੈਂ ਦੋ ਰਹਿ ਗਏ, ਦੋ ਜੇ ਸਿੱਧਾ ਤੁੱਕਾ ਹੀ। ਮੈਂ ਵੀ ਕਹਦਾ ਮੈਨੂੰ ਪਤਾ ਸੀ ਕਿ ਮੈਨੂੰ ਪਤਾ ਹੁੰਦਾ ਪਹਿਲਾਂ ਦਫਲਾ ਸੀ। ਕਪਿਲ ਸ਼ਰਮਾ ਹੀਰ ਵੀ ਵਧੀਆ ਗਾਉਂਦਾ ਨਾ। ਹਾਂਜੀ ਹੀਰੋ ਦੀ ਵੌਇਸ ਬਹੁਤ ਜ਼ਬਰਦਸਤ ਆ। ਮੈਂ ਸੋਚਿਆ, ਮੈਂ ਵੀ ਲਾਇਆ ਤਾਂ ਮੈਂ ਵੀ ਭਾਜੀ ਤੁੱਕਾ ਹੀ, ਅਤੇ ਮੈਂ ਕਿਹਾ ਵੀ ਉਹਨੇ ਹੀਰ। ਅਗਲਾ ਸਵਾਲ, ਬਾਲੀਵੁੱਡ ਮੂਵੀ ਬੀਵੀ ਔਰ ਮਕਾਨ ਦੇ ਕੌਨਸੈਪਟ ਤੋਂ ਇੰਸਪਾਇਰ ਹੋ ਕੇ ਕਿਹੜੀ ਪੰਜਾਬੀ ਮੂਵੀ ਬਣਾਈ ਗਈ ਸੀ? ਅਤੇ ਤੁਹਾਡੇ ਕਿਸੇ ਨੇ ਵੀ ਬਜ਼ਰ ਜਿਵੇਂ ਕਿ ਨਹੀਂ ਦੱਬਿਆ। ਹਾਂਜੀ ਅਤੇ ਤੁਹਾਡੇ ਆਪਸ਼ਨਸ ਨੇ ਵਧਾਈਆਂ ਜੀ ਵਧਾਈਆਂ, ਕਾਲਾ ਸ਼ਾਹ ਕਾਲਾ ਜਾਂ ਮਿਸਟਰ ਐਂਡ ਮਿਸਿਸ 420। ਨਹੀਂ ਇਹਦੇ 'ਚ ਨਹੀਂ ਹੈਗਾ, ਬਟ ਤੁਸੀਂ ਜ਼ਿਆਦਾ ਡੂੰਘੀਆਂ ਸੋਚਿਆ ਚਲੇ ਗਏ। ਪਤਾ ਹੀ ਨਹੀਂ ਕੁਛ ਵੀ, ਧੁੱਖਾ ਮਾਰ ਦਿੰਦੇ ਆ। ਹਾਂਜੀ ਬੀਵੀ 420 ਸਮਥਿੰਗ। ਹਾਂਜੀ ਮਿਸਟਰ ਐਂਡ ਮਿਸਿਸ 420 ਇਹ ਹੈ। ਬਿਲਕੁਲ ਸਹੀ ਜਵਾਬ ਹੈ, ਸਹੀ ਤੁੱਕਾ। ਬਿਲਕੁਲ ਸਹੀ ਜਵਾਬ ਹੈ ਇਹ ਵੀ। ਪਤਾ ਪਤਾ ਨਹੀਂ ਸਹੀ। ਇਹਦੇ ਨਾਲ ਹੀ 10 ਪੁਆਇੰਟਸ ਹੋਰ ਲੈ ਕੇ ਜਾ ਚੁੱਕੇ ਨੂੰ ਤੁਸੀਂ। ਤੇ ਹੁਣ ਅਗਲਾ ਸਵਾਲ ਇਹ ਰਿਹਾ, ਪੰਜਾਬੀ ਮੂਵੀ ਦਿਲ ਦੀਆਂ ਗੱਲਾਂ ਦਾ ਰਾਈਟਰ ਤੇ ਡਾਇਰੈਕਟਰ ਕੌਣ ਹੈ? ਕਿਸੇ ਨੇ ਵੀ ਬਜ਼ਰ ਨਹੀਂ ਦੱਬਿਆ। ਹਾਂ ਤੁਸੀਂ ਪਹਿਲਾਂ ਬਜ਼ਰ ਦੱਬਿਆ। ਮੈਂ ਤਾਂ ਪੰਗਾ ਹੀ ਲੈ ਕੇ ਦੇਖਿਆ। ਤੁਹਾਡੇ ਆਪਸ਼ਨ ਕੀ ਪਤਾ ਸਹੀ ਵੀ ਹੋ ਜਾਵੇ ਤੇ ਤੁਹਾਡੇ ਆਪਸ਼ਨਸ ਨੇ ਆਓ ਜਗਦੀਪ ਸਿੱਧੂ, ਪਰ ਤੁਹਾਡੇ ਆਪਸ਼ਨਸ ਨੇ ਜਗਦੀਪ ਸਿੱਧੂ, ਪਰਮੇਸ਼ ਵਰਮਾ ਜਾਂ ਮਨਦੀਪ ਬੈਨੀਪਾਲ। ਜਗਮੀਤ ਸਿੱਧੂ। ਜਗਦੀਪ ਸਿੱਧੂ। ਜਗਦੀਪ ਸਿੱਧੂ। ਜਗਦੀਪ ਸਿੱਧੂ। ਗਲਤ ਜਵਾਬ। ਗਲਤ ਨੂੰ ਬਹੁਤ ਠੋਕ ਕੇ ਗਏ ਨੇ, ਮੈਂ ਕਿਹਾ ਸਹੀ ਕਹਿਣ ਲੱਗਾ। ਹੁਣ ਸਿੱਧਾ ਤੁਹਾਡੇ ਤੱਕ ਜਾਂਦੇ ਜੀ, ਆਪਸ਼ਨ ਹੀ ਦੱਸ ਦਿਓ, ਮੈਂ ਵੀ ਤੁੱਕਾ ਮਾਰਨਾ।
ਇੱਕ ਤਾਂ ਬਰਾਬਰ ਹੋਊਗਾ ਭਾਈ, ਦੋ ਰਹਿ ਗਿਆ ਪ੍ਰਵੀਸ਼ ਵਰਮਾ ਤੇ ਬੈਨੀਪਾਲ। ਹਾਂ ਮਨਦੀਪ ਬੈਨੀਪਾਲ, ਮਨਦੀਪ ਬੈਨੀਪਾਲ। ਗਲਤ ਜਵਾਬ। ਪ੍ਰਵੀਸ਼ ਵਰ ਤੁੱਕਾ ਤੁੱਕਾ ਹੀ ਹੁੰਦਾ ਸਹੀ ਹੈ ਪ੍ਰਵੀਸ਼। ਇਹ ਪਤਾ ਕਾਹਤੋਂ ਭਾਜੀ ਪ੍ਰਵੀਸ਼ ਵਰਮਾ ਨਹੀਂ, ਅਸੀਂ ਤਾਂ ਚਾਹੁੰਦੇ ਵੀ ਇੰਨੀ ਲੰਬੀ ਗੱਲ ਜਾਵੇ ਪ੍ਰਵੀਸ਼ ਵਰਮਾ ਨੂੰ ਪਾਪੂਲੈਰਿਟੀ ਮਿਲੇ। ਹੋਰ ਹਾਂ ਮੈਨੂੰ ਇੱਕ ਵਾਰ ਲੱਗਾ ਉਹਦੇ ਪਰ ਦਿਲ ਦੀਆਂ ਗੱਲਾਂ ਲੱਗਾ ਸੀ ਮੈਂ ਛੋਟਾ ਭਰਾ ਛੋਟ ਨਹੀਂ ਸੀ ਮਤਲਬ ਇੱਕ ਵਾਰੀ ਮੇਰੇ ਚਲੋ ਤੋ ਗਲਤ ਹੈ ਤੇ ਗਲਤ ਹੈ ਆਓ ਜੀ ਅੱਗੇ ਆਓ। ਇਹ ਉਹਨਾਂ ਦੀ ਹੀ ਮੂਵੀ ਹੈ, ਲੀਡ ਤੇ ਉਹੀ ਸੀਗੇ ਤੇ ਲਿਖੀ ਤੇ ਡਾਇਰੈਕਟ ਵੀ ਉਹਨਾਂ ਨੇ ਹੀ ਕੀਤੀ ਸੀ। ਜਾਣ ਕੇ ਕੀਤਾ ਭਾਜੀ ਵੀ ਇਦਾਂ ਫੇ ਸਾਰੀ ਮਾੜਾ ਜਿਹਾ ਸਾਡਾ ਛੋਟਾ ਵੀਰ ਆ ਮਾੜਾ ਜਿਹਾ ਛੋਟਾ ਜਿੰਦਾਬਾਦ। ਆਓ ਜੀ ਇਹ ਰਿਹਾ ਤੁਹਾਡਾ ਚੌਥਾ ਸਵਾਲ। ਨਿੱਕਾ ਜ਼ੈਲਦਾਰ ਮੂਵੀ ਚ ਨਿਸ਼ਾ ਬਾਨੋ ਦੇ ਕੈਰੇਕਟਰ ਦਾ ਕੀ ਨਾਮ ਸੀ? ਬਹੁਤ ਹਿੱਟ ਕੈਰੇਕਟਰ ਹੋਇਆ ਉਹਨਾਂ ਦਾ। ਹਾਂਜੀ ਤੇ ਤੁਸੀਂ ਬਜ਼ਰ ਜਿਵੇਂ ਕਿ ਕਿਸੇ ਨੇ ਵੀ ਨਹੀਂ ਦੱਬਿਆ ਹਲੇ ਵੀ। ਦੇਖੋ ਮੈਨੂੰ ਪੁਆਇੰਟ ਮਿਲਣ ਜਦੋਂ ਭਾਜੀ ਫਿਲਮਾਂ ਬਣਾਉਂਦੇ ਆ ਜੀ, ਇਹਨਾਂ ਨੂੰ ਨਾ ਪਤਾ ਲੱਗਾ ਪੁਆਇੰਟ ਮਿਲ ਜਾਏ। ਤੁਸੀਂ ਬਜ਼ਰ ਹਲੇ ਵੀ ਨਹੀਂ ਦੱਬਿਆ ਕਿਸੇ ਨੇ ਜ਼ੈਲਦਾਰ ਫਿਰ ਆਪਸ਼ਨ ਤੇ ਜਾ ਤੇ ਭਾਜੀ ਪਤਾ ਨਹੀਂ ਹੁਣ ਮੈਂ ਮਗਰਲੇ ਦੋ ਚੋਂ ਕੋਈ ਤੁੱਕਾ ਲੱਗ ਜਾਣਾ। ਚਲੋ ਫਿਰ ਮੈਂ ਮੈਂ ਵੀ ਐਸੇ ਮਾਰਦੇ ਸੀ ਤੁਸੀਂ ਤੁਸੀਂ ਆਪਸ਼ਨ ਦੱਸਦੀ ਆ ਫਿਰ ਤੁਸੀਂ ਬਜ਼ਰ ਦੱਬ ਕੇ ਜਵਾਬ ਦੇ ਸਕਦੇ। ਅੱਛਾ ਜੀ ਤੇ ਤੁਹਾਡੇ ਆਪਸ਼ਨਸ ਨੇ ਪ੍ਰੀਤੀ, ਰਜੋ ਜਾਂ ਸ਼ਾਂਤੀ। ਹਾਂਜੀ ਰਜੋ। ਗਲਤ ਜਵਾਬ। ਹਾਂਜੀ ਹੁਣ ਦੋ ਆਪਸ਼ਨ ਰਹਿ ਗਏ ਪ੍ਰੀਤੀ ਸ਼ਾਂਤੀ। ਪ੍ਰੀਤੀ ਤੇ ਸ਼ਾਂਤੀ। ਪ੍ਰੀਤੀ ਤੇ ਸ਼ਾਂਤੀ। ਪ੍ਰੀਤੀ ਮੈਂ ਭਾਜੀ ਤੁਹਾਡਾ ਮਾਣ ਰੱਖ ਰਿਹਾ ਮੈਨੂੰ ਮੈਨੂੰ ਪਤਾ ਆ ਬਈ ਔਖੇ ਸਵਾਲ ਪੁੱਛਣੇ ਮਨਾ ਹਨ ਪਲੀਜ਼। ਹੁਣ ਸੌਖੀ ਆ ਮੈਨੂੰ ਆਈ ਸੀ ਇਹ ਤਾਂ ਸਭ ਤੋਂ ਸੌਖਾ ਹੈ। ਉਹਨਾਂ ਦਾ ਸ਼ਾਂਤੀ ਦਾ ਕਰੈਕਟਰ ਬਹੁਤ ਫੇਮਸ ਹੋਇਆ ਸੀ। ਸਾਰੀਆਂ ਫਿਲਮਾਂ ਨਹੀਂ ਦੇਖ ਹੁੰਦੀਆਂ ਨਾ ਕਈ ਵਾਰੀ। ਹਾਂ ਨਹੀਂ ਮੈਂ ਤਾਂ ਦੇਖੋ ਮੈਨੂੰ ਉਹਦਾ ਪੁਆਇੰਟ ਮਿਲਣੇ ਚਾਹੀਦੇ ਮੈਂ ਸਿੰਘ ਫਸਾਈ ਜਾਂਦਾ ਭਾਜੀ ਫਿਲਮਾਂ ਬਣਾਉਂਦੇ ਇਹਨਾਂ ਨੂੰ ਜ਼ਿਆਦਾ ਪਤਾ ਮੇਰੀ ਵੱਡੀ ਗਲਤੀ ਆ। ਚਲੋ ਜੀ ਹਾਂਜੀ ਤੇ ਹੁਣ ਜਿਹੜਾ ਪੰਜਵਾਂ ਸਵਾਲ ਹੈ ਫੇਰ ਤੋਂ ਸਕਰੀਨ ਤੇ ਹੋਏਗਾ। ਸਕਰੀਨ ਤੇ ਨਾ ਤੁਹਾਨੂੰ ਇਹਨਾਂ ਦੇ ਤਾਂ ਕੋਈ ਪੁਆਇੰਟ ਨਹੀਂ ਸੀ। 5 ਪੁਆਇੰਟ ਤਾਂ ਦਿਓ ਆ ਤਾਂ ਦਵਾਏ ਸੀ ਮੈਂ ਹਿੰਮਤ ਤਾਂ ਕੀਤੀ ਆ। ਨਹੀਂ ਦੂਜੀ ਵਾਰੀ ਮੈਂ ਭਾਜੀ ਨਾ ਪਿਆ ਬਟ ਸਹੀ ਨਹੀਂ ਦੱਸਿਆ ਉਹ ਦੱਸ ਤਾਂ ਪਾ ਦਿਓ ਆ ਤਾਂ ਦੱਬਿਆ ਹੀ ਸੀ ਕਿੰਨਾ ਇਹਨਾਂ ਦੇ ਪੁਆਇੰਟ ਨਹੀਂ ਮਿਲੇ ਨਾ ਹਾਂਜੀ ਕਿਸੇ ਨੂੰ ਵੀ ਨਹੀਂ ਕਿਸੇ ਨੂੰ ਪਿੱਛੇ ਪਿਛਲੇ ਪੁਆਇੰਟ ਚੱਲ ਰਹੇ ਹਾਂ ਪਿਛਲੇ ਜਿਹੜੇ ਹਾਂ ਜਿਨ੍ਹਾਂ ਦੇ ਸਹੀ ਸਹੀ ਜਵਾਬ ਦਿੱਤੇ ਜਿਨ੍ਹਾਂ ਦੇ ਸਹੀ ਜਵਾਬ ਦਿੱਤੇ ਹੋਏ ਨੇ ਉਹੀ ਪੁਆਇੰਟ ਆ ਜੀ। ਇੱਕ ਤਾਂ ਮੇਰਾ ਵੀ ਸਹੀ ਆ ਹਾਂਜੀ ਨਹੀਂ ਮੱਖਣ ਲੀਡ ਕਰਦਾ ਹਲੇ ਮੈਨੂੰ ਪਤਾ ਮੱਖਣ ਹਲੇ ਕਾਫੀ ਪਿੱਛੇ ਆ ਮੱਖਣ ਤੋਂ ਮੈਂ ਹਾਂ ਦੋ ਸਹੀ ਜਵਾਬ ਦੇ ਕੇ ਬਰਾਬਰੀ ਤੇ ਆ ਗਏ ਨਹੀਂ ਮੈਂ ਪਿੱਛੇ ਹਾਂ ਤੇ ਆਓ ਜੀ ਹੁਣ ਅਗਲਾ ਸਵਾਲ ਸਕਰੀਨ ਤੇ ਹੋਏਗਾ। ਅੱਛਾ ਸਕਰੀਨ ਤੇ ਨਾ ਤੁਹਾਨੂੰ ਇੱਕ ਅਲਫਾਬੈਟ ਦਿਖਾਇਆ ਜਾਊਗਾ ਇੰਗਲਿਸ਼ ਅਲਫਾਬੈਟ ਉਸ ਅਲਫਾਬੈਟ ਤੋਂ ਸ਼ੁਰੂ ਹੋਣ ਵਾਲੀਆਂ ਪੰਜ ਫਿਲਮਾਂ ਦੇ ਨਾਂ ਦੱਸਣੇ ਆ ਤੁਸੀਂ ਪੰਜਾਬੀ ਦੀਆਂ ਦੇ ਹਾਂਜੀ ਪੰਜਾਬੀ ਜਾਂ ਹਿੰਦੀ ਕੋਈ ਵੀ ਹੋ ਸਕਦੀ ਹੈ ਤੁਹਾਡੇ ਲਈ ਇੰਨੀ ਛੂਟ ਹੈਗੀ ਆ ਭਾਜੀ ਦੱਸੂਗੇ ਸੱਚੀ ਗਾਣਿਆਂ ਬਾਰੇ ਪੁੱਛ ਲਓ ਕੋਈ ਸਵਾਲ ਗਾਣ ਗੀਤਾਂ ਬਾਰੇ ਗਾਣਿਆਂ ਬਾਰੇ ਵੀ ਆਊਗਾ ਆਓ ਆਓ ਫਿਰ ਤੇ ਤੁਹਾਡਾ ਅਲਫਾਬੈਟ ਹੈ ਹਾਂਜੀ ਬਜ਼ਰ ਦੱਬ ਕੇ ਜਵਾਬ ਦੇਣਾ 30 ਸੈਕਿੰਡ ਦੇ ਟਾਈਮ 'ਚ ਹਾਂਜੀ ਸਭ ਤੋਂ ਪਹਿਲਾਂ ਤੁਸੀਂ ਬਜ਼ਰ ਦੱਬਿਆ ਅਤੇ ਐਮ ਤੋਂ ਸ਼ੁਰੂ ਹੋਣ ਵਾਲੀਆਂ ਫਿਲਮਾਂ ਮਾਂ ਹਾਂਜੀ ਮੇਰਾ ਗਾਉਂ ਮੇਰਾ ਗਾਉਂ ਠੀਕ ਹੈ ਪੰਜਾਬੀ ਦੀਆਂ ਵੀ ਦੱਸ ਸਕਦੇ ਹੋ ਮੰਨਤ ਬਸ ਦੋ ਰਹਿ ਗਈਆਂ ਤਿੰਨ ਹੋ ਗਈਆਂ ਦੋ ਹਾਂਜੀ ਤਿੰਨ ਹੋ ਗਈਆਂ ਦੋ ਹੋਈਆਂ ਭਾਜੀ ਛੇਤੀ 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 ਹੋ ਗਿਆ ਟਾਈਮ ਹੋ ਗਿਆ ਇਹ ਇਹ ਭਾਜੀ ਹੋ ਗਿਆ ਟਾਈਮ ਹੋ ਗਿਆ ਤੁਸੀਂ ਗਲਤ ਰਹਿ ਗਏ ਹੁਣ ਉਹ ਮੇਰਾ ਮੈਨੂੰ ਪੁਆਇੰਟ ਮੈਨੇ ਹੋ ਗਿਆ ਹੁਣ ਤਾਂ 30 ਸੈਕਿੰਡ 35 ਹੋ ਗਿਆ ਜੀ ਮੇਰੀ ਜ਼ਿੰਦਗੀ ਨਹੀਂ ਇਹ ਨਹੀਂ ਹੈਗੀ
ਟਾਈਮ ਹੈ, ਤੁਸੀਂ 30 ਸੈਕਿੰਡ ਨੂੰ ਦੱਸੋ ਤੇ ਇਸੇ ਦੇ ਨਾਲ ਹੀ ਇਸ ਰਾਊਂਡ ਦੇ ਪੁਆਇੰਟਸ ਨਹੀਂ ਮਿਲਣਗੇ ਕਿਸੇ ਨੂੰ ਵੀ। ਤੁਸੀਂ ਮੁਹੱਬਤ ਕਹਿ ਦਿੰਦੇ ਹਾਏ ਹਾਏ ਨਹੀਂ ਕੋਈ ਉਦਾਂ ਹੀ ਤੁਸੀਂ ਕਹੇ ਦੂਜੇ ਵੀ ਮੇਰਾ ਲਾ ਕੇ ਨਾਲ ਮੇਰੀ ਮੁਹੱਬਤ ਮਾਂ ਦਾ ਲਾਡਲਾ ਸੌਖਾ ਜਿਹਾ ਮਾਂ ਦਾ ਲਾਡਲਾ ਮੰਜੇ ਬਿਸਤਰੇ ਮੰਜੇ ਬਿਸਤਰੇ 2 ਔਰ ਇਦਾਂ ਇੱਕਦਮ ਇੱਕਦਮ ਬੜਾ ਹਾਂ ਇੱਕਦਮ ਇੱਕਦਮ ਆ ਨਹੀਂ ਹੁੰਦੀ ਐਮ ਤੋਂ ਮੱਖਣ ਸ਼ੁਰੂ ਹੋਣਾ ਮੈਨੂੰ ਪੁੱਛਦੇ ਫੇਰ ਮੈਂ ਉਹ ਚੱਕਰ ਕੀ ਨਾ ਅਸੀਂ ਤੁਹਾਡੇ ਜਿਹੜੀਆਂ ਫਿਲਮਾਂ ਦੇਖਦੇ ਵੀ ਹੈ ਨਹੀਂ ਨਾ ਸਾਡੀ ਫਿਰ ਲਾਈਨ ਹੋਰ ਆ ਜੀ ਅਸੀਂ ਤਾਂ ਰਾਤ ਦਿਨ ਗੱਡੀਆਂ 'ਚ ਸੜਕਾਂ 'ਤੇ ਸਟੇਜਾਂ 'ਤੇ ਉਹ ਚੱਲਦਾ ਰਹਿੰਦਾ ਕੰਮ ਆਓ ਜੀ ਅੱਗੇ ਚਲੋ ਹਾਂਜੀ ਅਤੇ ਹੁਣ ਇਸ ਰਾਊਂਡ ਦਾ 6ਵਾਂ ਸਵਾਲ ਲੇਖ ਫਿਲਮ 'ਚ ਗੁਰਨਾਮ ਭੁੱਲਰ ਦੇ ਓਪੋਜ਼ਿਟ ਫੀਮੇਲ ਲੀਡ ਕੌਣ ਸੀ ਤਾਨੀਆ ਸਹੀ ਜਵਾਬ ਵੈਰੀ ਗੁੱਡ 10 ਪੁਆਇੰਟਸ ਲੈ ਕੇ ਜਾ ਚੁੱਕੇ ਨੇ ਫਾਈਨਲੀ ਜਿਹੜੇ ਗਲਤ ਸਵਾਲਾਂ ਦੀ ਲੜੀ ਟੁੱਟਦੀ ਹੋਈ ਇੱਕ ਸਹੀ ਜਵਾਬ ਆਇਆ ਸਾਡੇ ਕੋਲ ਕੀ ਬਾਤ ਹੈ ਆਓ ਜੀ ਅਤੇ ਹੁਣ ਰਿਹਾ ਤੁਹਾਡਾ 7ਵਾਂ ਸਵਾਲ ਗੁਰਦਾਸ ਮਾਨ ਸਾਹਿਬ ਜੀ ਦਾ ਡੈਬਿਊ ਸੌਂਗ ਕਿਹੜਾ ਸੀਗਾ ਹਾਂਜੀ ਦਿਲ ਦਾ ਮਾਮਲਾ ਬਿਲਕੁਲ ਸਹੀ ਜਵਾਬ ਬਿਨਾਂ ਆਪਸ਼ਨ ਦੇ ਹੀ ਇਹਨਾਂ ਨੇ ਠਾ ਦਿਨੇ ਜਵਾਬ ਦਿੱਤਾ ਅਤੇ 10 ਪੁਆਇੰਟਸ ਸਿੱਧਾ ਕੀ ਬਾਤ ਹੈ ਵੈਰੀ ਗੁੱਡ ਜੀ ਅਤੇ ਹੁਣ ਇਸ ਰਾਊਂਡ ਦਾ ਲਾਸਟ ਸਵਾਲ ਫੇਰ ਤੋਂ ਇਹ ਤਾਂ 20 ਪੁਆਇੰਟ ਹੈ ਨਹੀਂ ਮਗਰਲਾ ਨਹੀਂ ਹੈ ਤੁਸੀਂ 20 ਵਾਲੇ ਚਾਰ ਹੀ ਜਾਂਦੇ ਨੇ ਭਾਜੀ ਦੇ 20 ਵਾਲੇ ਚਾਰ ਹੀ ਜਾਂਦੇ ਹੁਣ ਤੁਹਾਨੂੰ ਸਕਰੀਨ ਤੇ ਇੱਕ ਕਲਾਕਾਰ ਦਿਖਾਇਆ ਜਾਊਗਾ ਤੁਸੀਂ ਉਸ ਕਲਾਕਾਰ ਦੇ 5 ਗਾਣੇ ਦੱਸਣੇ ਆ ਅੱਛਾ ਜੀ ਤੁਸੀਂ ਕਹਿੰਦੇ ਸੀ ਗਾਣਿਆਂ ਵਾਲੇ ਸਵਾਲ ਗਾਣੇ ਦੱਸਣੇ ਆ 30 ਸੈਕਿੰਡ ਦੇ ਵਿੱਚ ਵਿੱਚ ਤੇ ਗਾਣੇ ਦੱਸਣੇ ਆ 5 ਠੀਕ ਹੈ ਜੀ ਕੋਈ ਕਨਫਿਊਜ਼ਨ ਤਾਂ ਨਹੀਂ ਦਿਲ ਦਾ ਮਾਮਲਾ ਮਾਮਲਾ ਗੜਬੜ ਕੀ ਬਣੂ ਦੁਨੀਆ ਦਾ ਤੇ ਪੰਜਾਬੀ ਹੈ ਜਵਾਨੀ ਮੇਰੇ ਕਾਨੇ ਮੇਰੇ ਵਿੱਚ ਹੀਰ ਤੇ ਇਸੇ ਦੇ ਨਾਲ ਹੀ ਤੁਸੀਂ 5 ਦੇ 5 ਗਾਣੇ ਗਣਾ ਕੇ 10 ਪੁਆਇੰਟਸ ਲੈ ਕੇ ਜਾ ਚੁੱਕੇ ਹੋ ਮੈਂ ਕਦੇ ਚੈੱਕ ਹੀ ਨਹੀਂ ਕੀਤਾ ਆਪਣੇ ਆਪ ਨੂੰ ਮੈਂ ਇੰਨਾ ਹੁਸ਼ਿਆਰ ਆ ਇੰਨਾ ਇੰਟੈਲੀਜੈਂਟ ਆ ਓਏ ਹੋਏ ਸੱਚੇ ਪਾਤਸ਼ਾਹ ਹਾਂ ਦੇਖੋ ਤੁਸੀਂ ਨਾਲ ਦੀ ਨਾਲ ਤੁਸੀਂ ਵੀ ਦੇਖ ਬਾਅਦ ਮੇਰੀ ਇੰਟਰਵਿਊ ਰੱਖ ਲਿਆ ਕਰੋ ਤੇ ਹੁਣ ਇਹ ਲਾਸਟ ਹਾਂਜੀ ਵੀ ਇਹ ਹੋ ਗਿਆ ਜੀ 8 ਹਾਂਜੀ ਇਹ 8 ਹੋ ਗਏ ਇਹ ਡਨ ਹੋ ਗਏ ਓਕੇ ਇਹ 8 ਹੋ ਗਏ ਹੁਣ ਅਗਲਾ ਰਾਊਂਡ ਸ਼ੁਰੂ ਕਰਨ ਤੋਂ ਪਹਿਲਾਂ ਮੇਰੇ ਕੁਝ ਸਵਾਲ ਨੇ ਤੁਹਾਡੇ ਤੋਂ ਇਹ ਕਿੰਨੇ ਸਵਾਲ ਆ ਜੀ ਨਹੀਂ ਉਹ ਮੈਂ ਪਹਿਲਾਂ ਵੀ ਸਵਾਲ ਹੀ ਕੀਤੇ ਉੱਤਰ ਤਾਂ ਦਿੱਤੇ ਨੇ ਤੁਸੀਂ ਨਹੀਂ ਨਹੀਂ ਇਹ ਅਲੱਗ ਵਾਲੇ ਸਵਾਲ ਨੇ ਹਾਂਜੀ ਅਲੱਗ ਵਾਲੇ ਸਵਾਲ ਨੇ ਮਤਲਬ ਮੈਂ ਇਹਨਾਂ ਦਾ ਪੁਆਇੰਟ ਤਾਂ ਨਹੀਂ ਕੋਈ ਨਹੀਂ ਨਹੀਂ ਇਹਨਾਂ ਦਾ ਕੋਈ ਇਹਦੇ ਵਿੱਚ ਤੁਸੀਂ ਕੋਈ ਬਸ ਨਹੀਂ ਪੁਆਇੰਟਾਂ ਤੋਂ ਬਿਨਾਂ ਜੋ ਮਰਜ਼ੀ ਪੁੱਛ ਲਓ ਜਿਹੜੇ ਪੁਆਇੰਟ ਵਾਲੇ ਸਵਾਲ ਆ ਉਹ ਕਿੰਨੇ ਹੋ ਤੁਹਾਡੇ ਉਹ ਹੁਣ 4 ਆ ਆਹ ਹੁਣ ਪੁਆਇੰਟ ਵੀ ਦੱਸਣੇ ਜੀ 4 ਰਹਿਣਗੇ 4 20 20 ਵਾਲੇ 20 20 ਨੰਬਰਾਂ ਵਾਲੇ 4 ਸਵਾਲ ਰਹਿ ਗਏ ਬਟ ਇਹ ਚ ਪੁਆਇੰਟ ਹੋ ਗਿਆ ਕਾਫੀ ਆਓ ਜੀ ਹਾਂਜੀ ਭਾਜੀ ਸੈਕਿੰਡ ਤਾਂ ਮੈਂ ਹੈਗਾ ਹੀ ਹੈਗਾ ਤੁਸੀਂ ਸੈਕਿੰਡ ਮੈਂ ਨਹੀਂ ਨਹੀਂ ਤੁਸੀਂ ਹੁਣ ਜੇ 4 4 ਹੀ ਦੱਸ ਦਿੱਤੇ ਚਲੋ ਜੀ ਆਓ ਜੀ ਹਾਂਜੀ ਪਹਿਲਾਂ ਮੇਰਾ ਤੁਹਾਡੇ ਤੋਂ ਸਵਾਲ ਹੈ ਤੁਹਾਡੀ ਹੁਣ ਐਲਬਮ ਰਿਲੀਜ਼ ਹੋਈ ਹੈ ਭੰਗੜੇ ਦਾ ਕਿੰਗ ਉਹਦੀਆਂ ਫੁੱਲ ਜ਼ੋਰਾਂ ਸ਼ੋਰਾਂ ਤੇ ਤਿਆਰੀਆਂ ਚੱਲ ਰਹੀਆਂ ਉਹਦੇ ਬਾਰੇ ਦੱਸੋ ਸਾਨੂੰ ਕੀ ਹੋਰ ਸਰਪ੍ਰਾਈਜ਼ ਮਿਲੂਗਾ ਉਹ ਐਲਬਮ ਦੇ ਬਾਰੇ ਉਹਦੇ ਵਿੱਚ ਸਭ ਤੋਂ ਜਿਹੜਾ ਤੁਹਾਨੂੰ ਸਰਪ੍ਰਾਈਜ਼ ਵਾਲੀ ਗੱਲ ਹੈ ਪਹਿਲੀ ਤਾਂ 13 ਗੀਤ ਆ ਜੀ ਹਾਂਜੀ ਕੀ ਬਾਤ ਇੱਕ 8 ਗੀਤਾਂ ਵਾਲੀ ਜਾਂ 6 64 ਗੀਤਾਂ ਵਾਲੀ ਈਪੀ ਜਾਂ ਐਲਬਮ ਨਹੀਂ ਹੈਗੀ ਹਾਂਜੀ
ਇਹਦੇ 'ਚ 13 ਗੀਤ ਹੈ ਔਰ 13 ਦੇ 13 ਗੀਤ ਹੀ ਜਿਹੜੇ ਵੀਡੀਓ ਬਣਾ ਕੇ ਪੇਸ਼ ਕੀਤੇ ਜਾਣਗੇ। 7 ਗੀਤਾਂ ਦੇ ਵੀਡੀਓਜ਼ ਬਣ ਗਏ ਆ ਅਤੇ 6 ਗੀਤ ਅਸੀਂ ਉਹ ਪਾਈਪ ਲਾਈਨ ਦੇ ਵਿੱਚ ਉਹ ਕਰਕੇ ਦੱਸ 13 ਹੀ ਗੀਤ ਵੀਡੀਓ ਸਮੇਤ ਰਿਲੀਜ਼ ਹੋਣਗੇ। ਤੇ ਭੰਗੜੇ ਦੇ ਕਿੰਗ ਦੀ ਵੀਡੀਓ ਆਲਰੇਡੀ ਆ ਚੁੱਕੀ ਹੈ। ਨਹੀਂ, ਭੰਗੜੇ ਦਾ ਕਿੰਗ ਇਹਦਾ ਟਾਈਟਲ ਹੈ। ਟਾਈਟਲ, ਹਾਂਜੀ, ਟਾਈਟਲ ਸਭ ਤੋਂ ਪਹਿਲੀ ਵੀਡੀਓ ਹੁਣ ਚੱਲ ਰਹੀ ਹੈ ਜੀ, ਲਾਂਚ ਹੋਈ ਹੈ, ਇਦਾਂ ਪੈਂਦਾ ਭੰਗੜਾ। ਇਦਾਂ ਪੈਂਦਾ ਭੰਗੜਾ, ਹਾਂਜੀ ਜੀ ਜੀ। ਤੇ ਕਿਵੇਂ ਦਾ ਲੱਗ ਰਿਹਾ ਲਾਈਕ ਪਹਿਲਾਂ ਜਿਹੜੇ ਤੁਸੀਂ ਜਿੰਨੇ ਵੀ ਦਿੱਤੇ ਆ ਸੁਪਰ ਹਿੱਟ ਸੌਂਗ ਹੀ ਤੁਹਾਡੇ, ਹਨਾ? ਮੈਂ ਜਿਵੇਂ ਕਿਹਾ ਸੀ ਕਿ ਤੁਹਾਡੇ ਗੀਤਾਂ ਬਿਨਾਂ ਮੈਂ ਲੱਗਦਾ ਪੰਜਾਬ ਦੇ ਕੋਈ ਵੀ ਸੈਲੀਬ੍ਰੇਸ਼ਨ ਅਧੂਰੀ ਹੈ, ਹਨਾ? ਤੁਹਾਡੇ ਗੀਤਾਂ ਬਿਨਾਂ ਸੈਲੀਬ੍ਰੇਸ਼ਨ ਅਧੂਰੀ ਹੈ ਅਤੇ ਹੁਣ ਵਾਪਸੀ ਕਰਕੇ, ਹਨਾ, ਇੱਕ 13 ਸੌਂਗ ਵਾਲੀ ਐਲਬਮ ਕਰਕੇ ਕਿਵੇਂ ਦਾ ਤੁਹਾਨੂੰ ਕੀ ਉਮੀਦਾਂ ਨੇ ਜਾਂ ਕਿਵੇਂ ਦਾ ਤੁਹਾਡਾ ਫੀਲ ਹੈ ਕਿ ਹਾਂ ਰਿਸਪੋਂਸ ਮਿਲਣਾ? ਇਹਦੇ ਵਿੱਚ ਸਭ ਤੋਂ ਜੇ ਮੈਂ ਕਹਾਂ ਖੁਸ਼ੀ ਦੀ ਗੱਲ ਹੈ, ਇੱਕ ਮਾਣ ਵਾਲੀ ਗੱਲ ਨਹੀਂ ਹੁੰਦੀ ਕਿ ਅਸੀਂ ਇਹਦੇ 'ਤੇ ਬਹੁਤ ਲੰਬਾ ਟਾਈਮ 1.5 ਸਾਲ 1.5 ਸਾਲ ਕੰਮ ਹੋਇਆ ਜੀ 13 ਗੀਤਾਂ ਦੇ ਉੱਪਰ। ਹਾਂਜੀ, ਅਤੇ ਇਹਦੇ ਵਿੱਚ ਉਹੋ ਹੀ ਚੀਜ਼ ਜਿਹੜੀ ਲੋਕ ਮੇਰੇ ਤੋਂ ਐਕਸਪੈਕਟ ਕਰਦੇ ਆ ਜੋ ਮੈਂ ਕੀਤਾ, ਮੈਂ ਸਮੇਂ ਦੇ ਵਹਾਅ ਦੇ ਵਿੱਚ ਨਾ ਕਦੀ ਵਗਿਆ ਵੀ ਇਹ ਚੱਲਦਾ ਅਤੇ ਇਹ ਕਰਨਾ, ਜੋ ਮੈਨੂੰ ਖੁਦ ਨੂੰ ਚੰਗਾ ਲੱਗਦਾ ਜਾਂ ਲੋਕ ਮੇਰੇ ਤੋਂ ਜਿਹੜੀ ਆਸ ਕਰਦੇ ਆ ਉਹ ਚੀਜ਼ ਇਹਦੇ ਵਿੱਚ ਆਈ ਆ, ਜਿਵੇਂ ਭੰਗੜੇ ਵਾਲਾ ਗੀਤ ਲਾ ਲਓ। ਔਰ ਦੂਸਰੀ ਜਿਹੜੀ ਇੱਕ ਹੋਰ ਵੱਡੀ ਗੱਲ ਹੈ ਵੀ ਡੀਜੇ ਫਲੋਰ ਵਾਲੇ ਗਾਣੇ ਜਿਹੜੇ ਆ ਨੱਚਣ ਨਚਾਉਣ ਵਾਲੇ, ਹਰ ਰੰਗ ਇਹਦੇ ਵਿੱਚ ਪੇਸ਼ ਕੀਤਾ ਗਿਆ। ਜਾਗੋ ਇਹਦੇ ਵਿੱਚ ਹੈ, ਨਵੀਂ ਵਿਆਹੀ ਜੋੜੀ ਜਦੋਂ ਹਾਲ ਚੈਂਟਰ ਕਰਦੀ ਹੈ ਜੀ, ਉਹ ਆਈਟਮ ਇਹਦੇ ਵਿੱਚ ਹੈ। ਮੁੰਡਿਆਂ ਖੁੰਡਿਆਂ ਵਾਲਾ ਗਾਣਾ ਇਹਦੇ ਵਿੱਚ ਹੈ, ਧੱਕ ਕੇ ਇਹਨੂੰ ਕਹਿੰਦੇ ਕਿੱਦਾਂ ਪਾਈ ਜਾਂਦੀ ਹੈ ਤੂੰ ਕਦੇ ਸਾਡੇ ਕੋਲੋਂ ਪੁੱਛ। ਯੂਥ ਵਾਲਾ ਗਾਣਾ ਇਹਦੇ ਵਿੱਚ ਹੈ, ਆ ਕੇ ਮੈਦਾਨ ਵਿੱਚ ਦੱਸ ਦੇਈਦਾ ਜੀ ਕਿੱਦਾਂ ਪੈਂਦਾ ਭੰਗੜਾ। ਭੰਗੜੇ ਦਾ ਕੰਪੀਟੀਸ਼ਨ, ਕੁੜੀ ਕਹਿੰਦੀ ਮੈਂ ਕਵੀਨ ਹਾਂ, ਮੁੰਡਾ ਕਹਿੰਦਾ ਮੈਂ ਕਹਿ ਗਿਆ ਭੰਗੜੇ ਦਾ, ਮਤਲਬ ਹਰ ਰੰਗ ਇਹਦੇ ਵਿੱਚ ਡੀਜੇ ਫਲੋਰ ਵਾਲਾ ਅਸੀਂ ਪੇਸ਼ ਕੀਤਾ। 5 ਗਾਣੇ ਜਿਹੜੇ ਉਹ ਆ ਜਿਹੜੇ ਡੀਜੇ ਦੇ ਰੰਗ ਵਾਲੇ ਆ ਜੀ, ਅਤੇ ਯੂਥ ਔਰ ਸਾਰਥਕ ਗਾਣੇ, ਰੋਮੈਂਟਿਕ ਗਾਣੇ, ਮਤਲਬ ਲੋਕ ਤੱਥ ਰਾਜਾ ਖੇਲਾ ਦਾ ਲਿਖਿਆ ਹੋਇਆ, ਹਰ ਰੰਗ ਇਸ ਐਲਬਮ ਦੇ ਵਿੱਚ ਸੁਣਨ ਨੂੰ ਮਿਲਦਾ। ਕਿਆ ਬਾਤ ਹੈ ਜੀ, ਅਸੀਂ ਬਹੁਤ ਜ਼ਿਆਦਾ ਐਕਸਾਈਟਡ ਹਾਂ ਕਿ ਸਾਰੇ ਗਾਣੇ ਛੇਤੀ ਤੋਂ ਛੇਤੀ ਆਉਣ ਅਤੇ ਅਸੀਂ ਫਿਰ ਡਾਂਸ ਫਲੋਰਾਂ 'ਤੇ ਗਾ ਪਾਈਏ ਗਾਣੇ ਚਲਾ ਚਲਾ ਕੇ ਔਨ ਰਿਪੀਟ। ਜੀ ਜੀ ਜੀ। ਅਤੇ ਹੁਣ ਕੰਗ੍ਰੈਚੁਲੇਸ਼ਨ ਭਾਜੀ। ਅਗਲਾ ਸਵਾਲ ਮੇਰਾ ਤੁਹਾਡੇ ਤੋਂ ਹੈ। ਹਾਂਜੀ। ਤੁਹਾਡੇ ਦੋਹਾਂ ਦੀ ਦੋਸਤੀ ਕਿੰਨੀ ਕੁ ਪੁਰਾਣੀ ਹੈ? ਮੈਂ ਐਕਚੁਅਲੀ ਬੜੀ ਲੰਬੀ ਸਟੋਰੀ ਆ ਭਾਜੀ, ਜਦੋਂ ਖਾਲਸਾ ਕਾਲਜ ਹੁੰਦੇ ਸੀਗੇ, ਹਾਂਜੀ, ਅਤੇ ਅਸੀਂ ਮੈਂ ਸਕੂਲ 'ਚ ਹੁੰਦਾ ਸੀ ਸ਼ੰਕਰ, ਅਤੇ ਸਾਨੂੰ ਪਤਾ ਲੱਗਾ ਵੀ ਇਹ ਨਕੋਦਰ ਕੰਪੀਟੀਸ਼ਨ ਲਈ ਆਇਆ। ਓਬਵੀਅਸਲੀ ਉੱਥੇ ਪਿਛਲਾ ਜਿਹੜਾ ਇਹਨਾਂ ਦੀ ਟੀਮ ਸੀ ਖਾਲਸਾ ਕਾਲਜ ਦੀ, ਉਹ ਇੱਦਾਂ ਸੀ ਵੀ ਮੈਨੂੰ ਪਤਾ ਨਹੀਂ ਸੁਪਨੇ 'ਚ ਕਿਤੇ ਹਾਰ ਗਈ ਹੋਊ ਤਾਂ ਹਾਰ ਗਈ ਹੋਊਗੀ, ਅਤੇ ਮੈਂ ਕਦੀ ਦੇਖਿਆ ਨਹੀਂ। ਜਿੱਥੇ ਅਸੀਂ ਇੰਨਾ ਕਰੇਜ਼ ਹੁੰਦਾ ਸੀ ਜਿੱਦਾਂ ਗੁਰਦਾਸ ਮਾਨ ਜੀ ਦਾ ਕਰੇਜ਼, ਉੱਦਾਂ ਹੀ ਇਹਨਾਂ ਦੀ ਭੰਗੜਾ ਟੀਮ ਦਾ ਕਰੇਜ਼ ਸੀ। ਤਾਂ ਮੈਂ ਦੇਖਣ ਗਿਆ ਉੱਥੋਂ ਫਿਰ ਭਾਜੀ ਦੇ ਨਾਲ, ਉਦੋਂ ਆਹ ਫੋਨ ਤਾਂ ਹੁੰਦੇ ਨਹੀਂ ਸੀ, ਪਰ ਉੱਦਾਂ ਹੀ ਹੱਥ ਲਾ ਕੇ ਚੈੱਕ ਕੀਤਾ ਵੀ ਇੰਨਾ ਇੰਨਾ ਅਟਰੈਕਸ਼ਨ ਸੀਗੀ ਪਰਫੋਰਮੈਂਸ, ਇੰਨਾ ਸਟੈਮਿਨਾ ਸੀਗਾ, ਅਤੇ ਬਸ ਉਸੇ ਦਿਨ ਤੋਂ ਮੈਂ ਫੈਨ ਭਾਜੀ ਦਾ, ਅਤੇ ਮੈਂ ਇਹਨਾਂ ਨੂੰ ਫੋਲੋ ਕਰਦਾ ਆ ਰਿਹਾ, ਅਤੇ ਉਦੋਂ ਬਾਅਦ ਸਾਡੀ ਰਿਸ਼ਤੇਦਾਰੀ ਵੀ ਆ, ਅਤੇ ਬਸ ਬਹੁਤ ਲੰਬਾ ਸਮਾਂ ਹੋ ਗਿਆ। ਅਤੇ ਤੁਹਾਡਾ ਜਿਹੜਾ ਗਾਇਕੀ ਦਾ ਸਫ਼ਰ ਹੈ ਉਹ ਮਤਲਬ ਤੁਸੀਂ ਆਈ ਥਿੰਕ ਬਰਾਬਰੀ ਇਰਦ ਗਿਰਦ ਹੀ ਸ਼ੁਰੂ ਕੀਤਾ, ਤੇ ਸਾਰੇ ਤੁਹਾਡੇ ਸਫ਼ਰ ਦੇ ਦੌਰਾਨ ਤੁਸੀਂ ਇਕੱਠੇ ਰਹੇ ਹੋ? ਹਾਂਜੀ ਹਾਂਜੀ ਬਿਲਕੁਲ। ਨਹੀਂ ਤਾਂ ਕਈ ਵਾਰ ਹੁੰਦਾ ਨਾ ਕਿ ਸੇਮ ਪ੍ਰੋਫੈਸ਼ਨ 'ਚ ਦੋਸਤ ਬਹੁਤ ਘੱਟ ਬਣਦੇ ਨੇ। ਜੀ ਜੀ ਜੀ। ਹਨਾ, ਉਹ ਕਿਤੇ ਨਾ ਕਿਤੇ ਉਹ ਫੈਕਟਰ ਰਹਿੰਦਾ, ਜੈਲਸੀ ਫੈਕਟਰ ਰਹਿੰਦਾ, ਬਟ ਮੈਨੂੰ ਨਹੀਂ ਲੱਗਦਾ ਤੁਹਾਡੇ 'ਚ ਕਦੇ ਇਹ ਚੀਜ਼ ਵਿਚਕਾਰ ਆਈ ਹੋਣੀ। ਨਹੀਂ ਨਹੀਂ ਕਦੀ। ਕਿਆ ਬਾਤ ਹੈ, ਵਾਹਿਗੁਰੂ ਇੱਦਾਂ ਹੀ ਤੁਹਾਡੀ ਯਾਰੀ ਦੋਸਤੀ ਬਣਾਈ ਰੱਖੇ, ਅਤੇ ਰਿਸ਼ਤੇਦਾਰੀ ਤਾਂ ਚਲੋ ਤੁਹਾਡੀ ਹੈਗੀ ਹੈਗੀ ਹੈ। ਅਤੇ ਮੈਂ ਤੁਹਾਡੇ ਤੋਂ ਪੁੱਛਣਾ ਚਾਹੂੰ, ਜਿਹੜਾ ਤੁਹਾਡਾ ਸੁਪਰ ਡੂਪਰ ਹਿੱਟ ਸੌਂਗ ਹੈ ਰੰਗ ਰਾਰਾ ਰੀਰੀ ਰਾਰਾ, ਆਹ ਜਿਹੜੀ ਟਰਮ ਹੈ ਰਾਰਾ ਰੀਰੀ ਰਾਰਾ,
ਇਹ ਬੇਸਿਕਲੀ ਇੱਕ ਕੰਪੋਜੀਸ਼ਨ ਬਣਾਉਣ ਲਈ ਕੀਤੀ ਸੀ ਜਾਂ ਮਤਲਬ ਇਹ ਸੁਜੈਸਟ ਕਿਹਨੇ ਕੀਤੀ ਸੀ ਬੇਸਿਕਲੀ ਮੈਂ ਇਹ ਪੁੱਛਣਾ ਚਾਹੁੰਦੀ ਹਾਂ। ਇਹ ਸੁਜੈਸਟ ਕਿਸੇ ਨੇ ਨਹੀਂ ਕੀਤੀ, ਮੈਂ ਦੱਸਦਾ ਕਿ ਸਾਡੇ ਨਾ ਜੀ ਘਰ ਦੇ ਵਿੱਚ, ਹਾਂਜੀ ਸਾਡੇ ਮੇਰੇ ਪਾਪਾ ਜੀ, ਉਹਨਾਂ ਨੂੰ ਪਤਾ ਨਹੀਂ ਕਿੰਨੇ ਸੈਂਕੜੇ ਕਲੀਆਂ ਕਵਿਸ਼ਰੀਆਂ ਯਾਦ ਆ ਜੀ, ਔਰ ਮੰਮੀ ਸਾਡੇ ਮਦਰ, ਹਾਂਜੀ ਬੀਬੀ ਜੀ ਸਾਡੇ, ਉਹਨਾਂ ਨੂੰ ਕਿਹੜੀ ਬੋਲੀ ਸੀ ਜਿਹੜੀ ਉਹਨਾਂ ਨੂੰ ਆਉਂਦੀ ਨਹੀਂ ਸੀ ਆਉਂਦੀ, ਅਤੇ ਗਿੱਧਿਆਂ ਦੇ ਵਿੱਚ ਜਦੋਂ ਰਿਸ਼ਤੇਦਾਰਿਆਂ ਦੇ ਵਿੱਚ ਫੰਕਸ਼ਨ ਹੋਣੇ ਤਾਂ ਮਤਲਬ ਸਾਡੀ ਮਾਤਾ ਦਾ ਇੰਤਜ਼ਾਰ ਹੁੰਦਾ ਸੀ, ਭਜਨ ਕੌਰ ਹਾਲੇ ਆਈ ਨਹੀਂ ਤਾਂ ਹਾਲੇ ਗਿੱਧਾ ਸਟਾਰਟ ਨਹੀਂ ਕਰਨਾ, ਉਹ ਪ੍ਰੋਫੈਸ਼ਨਲ ਸਿੰਗਰ ਨਹੀਂ ਬਣੇ, ਬਟ ਉਹ ਚੀਜ਼ ਕਿਤੇ ਨਾ ਕਿਤੇ ਨੈਚੁਰਲ ਮੇਰੇ 'ਚ ਆਉਣੀ ਸੀਗੀ ਜੀ, ਦੋਨੋਂ ਪੇਰੈਂਟ ਗਾਇਕੀ ਨੂੰ ਪਿਆਰ ਕਰਦੇ, ਨੌਲੇਜ ਹੈ। ਅਤੇ ਜਦੋਂ ਮੈਂ ਬਹੁਤ ਹਲਕਾ ਜਿਹਾ ਸੀਗਾ ਤਾਂ ਮੈਨੂੰ ਯਾਦ ਹੈ ਕਿ ਜਦੋਂ ਮਾਤਾ ਬੀਬੀ ਹੁਣੀ ਬੋਲੀਆਂ ਪਾਉਣੀਆਂ, ਉਹ ਇੱਕ ਬੋਲੀ ਪਾਉਂਦੇ ਹੁੰਦੇ ਸੀ, ਤੇਰੇ ਵਿਸ਼ੂਆ ਲੜਿਆ ਨਹੀਂ ਰੰਗ ਰੀਰੀ ਰੀਰੀ, ਸੇਮ ਵਜਨ ਆ ਜੀ, ਤੇਰੇ ਵਿਸ਼ੂਆ ਲੜਿਆ ਨਹੀਂ ਰੰਗ ਰੀਰੀ ਰੀਰੀ ਤੇਰੇ ਕਿੱਥੇ ਸਮਥਿੰਗ, ਇੱਦਾਂ ਜਿਵੇਂ ਲੇਡੀਜ਼ ਦੀਆਂ ਬੋਲੀਆਂ ਹੁੰਦੀਆਂ, ਇਹ ਇਹ ਇੱਦਾਂ ਹੀ ਮਤਲਬ ਬੋਲੀ ਸੀ। ਤਾਂ ਮੈਨੂੰ ਇਹ ਗੱਲ ਮੇਰੇ ਇੱਦਾਂ ਲੜ ਰਹੀ ਗਈ ਮੇਰੇ ਨਾਲ, ਤਾਂ ਜਦੋਂ ਮੈਂ ਇਹਦੇ ਬਾਰੇ ਸੋਚਣਾ ਤਾਂ ਮੈਨੂੰ ਲੱਗਣਾ ਹਲਕੀ ਗੱਲ ਆ ਵੀ ਇਹ ਕੀ ਬਣਾਵਾਂਗੇ, ਤਾਂ ਗਾਣਾ ਹਲਕਾ ਬਹੁਤ ਆ। ਤਾਂ ਜਦੋਂ ਅਸੀਂ ਮੈਂ ਅਤੇ ਸੁਖਪਾਲ ਸੁੱਖ ਅਸੀਂ ਇੰਗਲੈਂਡ ਇਸ ਕੈਸਟ ਦੀ ਰਿਕਾਰਡਿੰਗ ਕਰਨ ਗਏ ਰੰਗ ਦੀ, ਤਾਂ 7 ਗਾਣੇ ਸਾਡੇ ਫਾਈਨਲ ਸੀ, ਤਾਂ 8ਵਾਂ ਗੀਤ ਸਾਡੇ ਕੋਲ, ਗਾਣੇ ਬਹੁਤ ਸੀ ਪਰ ਰਲਦੇ ਮਿਲਦੇ ਸੀ, ਅਸੀਂ ਜਦੋਂ 8ਵਾਂ ਗਾਣਾ ਉੱਥੇ 7 ਰਿਕਾਰਡ ਕਰ ਲਿਆ, ਸੁਖਪਾਲ ਕਹਿੰਦਾ ਭਾਅ ਜੀ 8ਵਾਂ ਗਾਣਾ ਕਿਹੜਾ ਕਰਨਾ, ਮੈਂ ਕਿਹਾ ਯਾਰ ਇੱਕ ਸਾਡੀ ਮਾਤਾ ਬੋਲੀ ਪਾਉਂਦੀ ਹੁੰਦੀ ਸੀ ਉਹਦੇ 'ਤੇ, ਮੈਂ ਕਿਹਾ ਲਾਈਨ ਬਣਾਈ ਆ ਉਹਨੂੰ ਫੋਲੋ ਕਰਕੇ, ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀ ਰੀ ਦਾ, ਤੇਰੀ ਅੱਖ ਦਾ ਇਸ਼ਾਰਾ ਰੰਗ, ਅੱਗੇ ਕੁਛ ਵੀ ਹੈ ਨਹੀਂ ਸੀ। ਉਹ ਕਹਿੰਦਾ ਭਾਅ ਜੀ ਮਾਈਕ 'ਤੇ ਜਾਓ, ਤਾਂ ਉਹ ਮੈਂ ਮਾਈਕ 'ਤੇ ਗਿਆ, ਉਹਨੇ ਲੂਪ ਲਾਇਆ 126 ਦਾ ਜੀ, ਲੂਪ ਲਾਇਆ ਅਤੇ ਮੈਂ ਜਿਹੜੀਆਂ 2 ਲਾਈਨਾਂ ਤੋਂ ਬਾਅਦ ਅਗਲੀਆਂ ਲਾਈਨਾਂ ਸੀ ਕੰਪੋਜੀਸ਼ਨ, ਮੈਂ ਉਹਦੇ ਟੁੰਡਣ ਕਰਤਾ। ਤੂੰ ਪੀਟਵੇਅਰ ਗੋਰਾ ਸੀ ਰਿਕਾਰਡਿਸਟ, ਜਿਹੜਾ ਨਾਮ ਬਰ ਦੁਨੀਆ ਉਹਨੂੰ ਜਾਣਦੀ ਹੈ, ਉਹ ਪੀਟਵੇਅਰ ਗੋਰਾ ਵੀ ਹੱਸਿਆ ਕੰਪੋਜੀਸ਼ਨ 'ਤੇ, ਖੁਸ਼ ਹੋ ਗਿਆ। ਸੁਖਪਾਲ ਨੂੰ ਕਹਿੰਦਾ, ਸੁਖਪਾਲ ਨੇ ਵੀ ਚਿਹਰਾ ਜਿਹਾ ਪ੍ਰਿੰਟ ਪਾਇਆ, ਅਤੇ ਮੈਨੂੰ ਵੀ ਅੰਦਰ ਪਤਾ ਲੱਗਿਆ ਮੈਂ ਗੱਲ ਬਣਦੀ ਲੱਗਦੀ ਹੈ। ਸੁਖਪਾਲ ਕਹਿੰਦਾ ਭਾਅ ਜੀ ਆ ਜਾਓ, ਕਹਿੰਦੇ ਗਾਣਾ ਪੂਰਾ ਕਰ ਲਓ, ਲਿਖ ਲਓ, ਅਤੇ ਇਹ ਆਪਣੀ ਬਣ ਜਾਣੀ ਗੱਲ। ਰਾਤ ਨੂੰ ਜਾ ਕੇ ਮੈਂ ਖੋਦੀ, ਇਹ 'ਚ ਕਾਫੀ ਇਹ ਬਹੁਤ ਸੀ, 4-5 ਟੱਪੇ ਆ ਅਤੇ 4-4 ਕਾਫੀ, ਇੱਕ ਟੱਪੇ 'ਚ ਉਹਦੇ 20 ਕਾਫੀ ਹੈ, ਹਾਂਜੀ ਹਾਂਜੀ ਗਾਣਾ ਹਲਕਾ ਪਰ 20 ਕਾਫੀ ਹੈ, ਮਿਲਾਉਣੇ ਬਹੁਤ ਔਖੇ ਹੁੰਦੇ ਆ। ਉਹ ਰਾਤ ਨੂੰ ਜਾ ਕੇ ਮੈਂ ਗਾਣਾ ਲਿਖਿਆ, ਸਵੇਰੇ ਮੈਂ ਡੱਬ ਕਰਕੇ ਤਾਂ ਫਲਾਈਟ ਲੈ ਕੇ, ਸ਼ੋਅ ਬਹੁਤ ਹੁੰਦੇ ਸੀ, ਮੈਂ ਪੰਜਾਬ ਆ ਗਿਆ, ਅਤੇ ਮੈਂ ਇਹਨੂੰ ਜਦੋਂ ਡੱਬ ਕਰਕੇ ਆਇਆ ਤਾਂ ਮੈਂ ਇਹਨੂੰ ਆਪਣਾ 8ਵਾਂ ਨੰਬਰ ਦਾ ਗਾਣਾ ਸਮਝਦਾ ਸੀ, ਪਰ ਜਦੋਂ ਉੱਥੋਂ ਮਾਸਟਰ CD ਕੋਰੀਅਰ 'ਚ ਆਉਂਦੇ ਹੁੰਦੇ ਸੀ, ਉਦੋਂ ਇੰਗਲੈਂਡ ਤੋਂ ਕੋਰੀਅਰ ਆਉਣ ਨੂੰ 10-12 ਦਿਨ ਲੱਗ ਗਏ, ਤਾਂ ਜਦੋਂ ਇਹ ਮੈਂ ਕੋਰੀਅਰ ਆਇਆ, ਜਦੋਂ CD ਸੁਣੀ ਤਾਂ ਮੈਂ ਖੁਦ ਹੈਰਾਨ ਰਹਿ ਗਿਆ ਵੀ ਇਹ ਗਾਣਾ ਇੱਦਾਂ ਬਣ ਗਿਆ, ਇੰਨਾ ਵਧੀਆ ਬਣ ਗਿਆ, 1 ਨੰਬਰ ਦਾ ਗਾਣਾ ਬਣ ਗਿਆ ਜੀ ਇਹ, ਮਤਲਬ ਇਸੇ ਤਰ੍ਹਾਂ ਇਹ ਗਾਣਾ ਹੋਣ ਦੇ ਵਿੱਚ ਆਇਆ ਸੀ, ਮੇਰੀ ਮਾਂ ਜਨਮ ਦੇਣ ਵਾਲੀ ਇਸ ਗਾਣੇ। ਕੀ ਬਾਤ ਹੈ ਜੀ, ਤੁਸੀਂ ਪਹਿਲਾਂ ਰੈਸਲਿੰਗ 'ਚ ਸੀਗੇ? ਹਾਂਜੀ ਮੈਂ ਪਿੰਡ ਦੇ ਆਪਣੇ। ਹਾਂਜੀ ਅਤੇ ਕਬੱਡੀ ਵਗੈਰਾ ਵੀ ਤੁਸੀਂ ਖੇਡਦੇ, ਤੁਹਾਡੇ ਜ਼ਿਹਨ 'ਚ ਕਦੋਂ ਆਏ ਕਿ ਆ ਸਿੰਗਿੰਗ ਵਾਲੇ ਰਾਹ 'ਤੇ ਪੈਣਾ ਗਾ? ਹਾਂਜੀ ਮੇਰਾ ਜਗਮੀਤ, ਮੈਂ ਵੀ ਬਸ ਜਦੋਂ ਖੇਡਣ ਜਾਂਦੇ ਸੀ, ਸਾਡੀ ਟੀਮ ਪਿੰਡ ਦੀ ਬਹੁਤ ਤਕੜੀ ਸੀ, ਅਤੇ ਉਹਨਾਂ ਨਾਲ ਮੈਂ ਜੂਨੀਅਰ ਸੀਗਾ, ਮੇਰੇ ਸੀਨੀਅਰ ਸੀਗੇ ਉਹ, ਅਤੇ ਮੈਂ ਨਾਲ ਜਾਂਦਾ ਹੀ ਜਾਂਦਾ ਹੁੰਦਾ ਸੀ, ਟੀਮ ਬਹੁਤ ਤਕੜੀ ਸੀ। ਅੱਗੇ ਅੱਜ ਕੱਲ੍ਹ ਟੂਰਨਾਮੈਂਟ ਹੁੰਦੇ ਆ 30 ਦਿਨ ਦੇ, ਹਾਂਜੀ ਵੀ 12 ਤੋਂ ਸ਼ਾਮ ਤੱਕ, ਸ਼ਾਮ ਤੱਕ ਚੱਲਦੇ, ਅੱਗੇ 3-3 ਦਿਨ, 7-7 ਦਿਨ ਵੀ ਵੱਡੇ ਪਿੰਡਾਂ 'ਚ ਟੂਰਨਾਮੈਂਟ ਚੱਲਦੇ ਸੀ, ਅਤੇ ਬਹੁਤ ਟੀਮਾਂ ਆਉਂਦੀਆਂ ਸੀ ਦੂਰੋਂ ਦੂਰੋਂ, ਪਰ ਸਾਡੀ ਟੀਮ ਤਕੜੀ ਕਰਕੇ 1-2 ਦਿਨ ਰੁਕਣਾ, ਹੋ ਸਕਦਾ ਕਦੀ ਹਰੇ ਵੀ ਹੋਵਾਂਗੇ, ਨਹੀਂ ਫਾਈਨਲ ਤੱਕ ਤਾਂ ਜਾਂਦੇ ਹੀ ਸੀ, ਸਾਡੇ ਬਹੁਤ ਨਾਮੀ ਪਲੇਅਰ ਹੋਏ ਆ। ਹਾਂਜੀ ਮੱਖਣ ਮੇਰੇ ਨਾਮ ਦਾ, ਉਹ ਇੰਗਲੈਂਡ ਆ ਇਸ ਟਾਈਮ, ਬਹੁਤ ਵਧੀਆ ਸਟੋਪਰ ਸੱਤੂ, ਉਸ ਟਾਈਮ ਦੇ ਮੈਂ ਉਹਨਾਂ ਦਾ ਜੂਨੀਅਰ ਸੀ, ਅਤੇ ਉਹਨਾਂ ਨੇ ਫਿਰ ਮੈਨੂੰ ਗਾਉਣ ਲਈ ਰੱਖਣਾ, ਜੋ ਮੌਕੇ ਦੇ ਗੀਤ ਆਏ ਹੁੰਦੇ ਮਾਨਕ ਸਾਹਿਬ ਦੇ, ਅਤੇ ਜਾਂ ਉੱਥੇ ਜੋਗ ਵਗੈਰਾ ਸੁਣਾਉਂਦੇ ਰਹਿਣਾ,
ਥੋੜੀ ਜਾਕ ਖੁੱਲੀ ਸੀ ਫਿਰ ਕਿਤੇ ਨਾ ਮਤਲਬ ਹਾਂ ਜਾਨੀ ਕਿ ਟੀਮ ਦੇ ਨਾਲ ਸ਼ਰਾਰਤਾਂ ਕਰਨੀਆਂ ਸ਼ਾਮ ਨੂੰ ਬੈਠੇ ਹੋਣਾ ਸਾਨੂੰ ਫਿਰ ਕੋਈ ਨਾ ਕੋਈ ਉਹਨਾਂ ਨੇ ਰਿਹਾਇਸ਼ ਦੇਣੀ ਪਿੰਡ ਵਾਲਿਆਂ ਨੇ ਤਾਂ ਬਸ ਉਹ ਚੇਟਕ ਜੀ ਲੱਗੀ ਚੱਲਦਾ 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 ਅਤੇ ਬਸ ਇਸੇ ਤਰ੍ਹਾਂ ਟਰੈਕ 'ਤੇ ਆ ਗਏ ਇੱਕ ਤੁਹਾਡਾ ਵਨ ਆਫ ਮੇਰਾ ਜਿਹੜਾ ਫੇਵਰੇਟ ਸੌਂਗ ਹੈ ਗੁੱਡ ਲੱਕ ਚਾਰਮ ਜਿਹਦੇ ਨਾਲ ਮੇਰੀ ਬਹੁਤ ਗੂੜੀ ਯਾਦ ਜੁੜੀ ਆ ਪਲੱਸ ਟੂ ਵੇਲੇ ਜਦੋਂ ਸਾਡੀ ਵਿਦਾਇਗੀ ਹੁੰਦੀ ਹੈ ਨਾ ਤਾਂ ਉਦੋਂ ਉਹ ਗਾਣਾ ਐਜ਼ ਅ ਕੰਪਲੀਮੈਂਟ ਲੱਗਿਆ ਸੀਗਾ ਤਾਂ ਉਹ ਗਾਣਾ ਮੈਂ ਜਦੋਂ ਵੀ ਸੁਣਦੀ ਹਾਂ ਮਤਲਬ ਹੁਣ ਵੀ ਮੈਂ ਸਪੈਸ਼ਲ ਕੱਢ ਕੇ ਸੁਣਦੀ ਕਿ ਹਾਂ ਮੇਰਾ ਦਿਲ ਕਰ ਰਿਹਾ ਉਹ ਗਾਣਾ ਸੁਣਨ ਨੂੰ ਤਾਂ ਉਹ ਸਾਰੀਆਂ ਯਾਦਾਂ ਪੁਰਾਣੀਆਂ ਤਾਜ਼ਾ ਹੋ ਜਾਂਦੀਆਂ ਨੇ ਅਤੇ ਮੈਂ ਕਹਿੰਦੀ ਇੱਕ ਵਾਰੀ ਮੈਂ ਲਾਈਵ ਤੁਸੀਂ ਮੇਰੇ ਸਾਹਮਣੇ ਖੜੇ ਦਿਲ ਵਿੱਚ ਵਸ ਗਈ ਹੈ ਤੂੰ ਪਤਲੋ ਦੇਖਿਆ ਬਗੈਰ ਤੇਰਾ ਮੂੰਹ ਪਤਲੋ ਲੰਘਦਾ ਨਾ ਦਿਨ ਸਾਡੀ ਬੀਤਦੀ ਨਾ ਸ਼ਾਮ ਤੂੰ ਹੀ ਮੇਰੀ ਸੋਹਣੀਏ ਨੀ ਤੂੰ ਹੀ ਮੇਰੀ ਸੋਹਣੀਏ ਨੀ ਗੁੱਡ ਲੱਕ ਚਾਮ ਤੂੰ ਹੀ ਮੇਰੀ ਸੋਹਣੀਏ ਨੀ ਗੁੱਡ ਲੱਕ ਚਾਮ ਕਿਆ ਬਾਤ ਹੈ ਤੇ ਹੁਣ ਹੈ ਜੀ ਸਾਡਾ ਜੈਕਪੋਟ ਰਾਊਂਡ ਇਸ ਰਾਊਂਡ ਦੇ ਵਿੱਚ ਚਾਰ ਸਵਾਲ ਤੁਹਾਨੂੰ ਪੁੱਛੇ ਜਾਣਗੇ ਚਾਰੇ ਦੇ ਚਾਰੇ ਸਵਾਲ ਸਕਰੀਨ ਤੇ ਹੋਣਗੇ ਅੱਛਾ ਜੀ ਤੇ ਹਰ ਸਵਾਲ ਦਾ ਜਵਾਬ ਦੇਣ ਲਈ ਤੁਹਾਨੂੰ 30-30 ਸੈਕਿੰਡ ਦਾ ਟਾਈਮ ਮਿਲੇਗਾ ਠੀਕ ਹਾਂਜੀ ਤੇ ਹੁਣ ਸਭ ਤੋਂ ਪਹਿਲਾ ਜਿਹੜਾ ਸਵਾਲ ਹੈ ਹਾਂਜੀ ਉਹ ਇਹ ਹੈ ਕਿ ਤੁਹਾਨੂੰ ਨਾ ਇੱਕ ਆਡੀਓ ਸੁਣਾਈ ਜਾਊਗੀ ਆਵਾਜ਼ ਸੁਣਾਈ ਜਾਊਗੀ ਤੁਸੀਂ ਗੈਸ ਕਰਨਾ ਕਿ ਉਹ ਕਿਹਦੀ ਆਵਾਜ਼ ਹੈ ਬਟ ਉਹਦੇ ਲਈ ਤੁਸੀਂ ਪਹਿਲਾਂ ਪੂਰੀ ਆਡੀਓ ਸੁਣਨ ਦੀ ਵੇਟ ਕਰ ਲਿਓ 10 ਸੈਕਿੰਡ ਦੀ ਆਡੀਓ ਹੈ ਜਦੋਂ ਐਂਡ ਹੋਏਗਾ ਆਡੀਓ ਉਦੋਂ ਹੀ ਦੱਬ ਸਕਦੇ ਦੱਬ ਕੇ ਤੁਸੀਂ ਜਵਾਬ ਦੇਣਾ ਤੇ ਜਦੋਂ ਬਜ਼ਰ ਦੱਬੋਗੇ ਨਾਲ ਦੀ ਨਾਲ ਤੁਹਾਡਾ ਟਾਈਮਰ ਸ਼ੁਰੂ ਹੋ ਜਾਏਗਾ ਅੱਛਾ ਜੀ ਹਾਂਜੀ ਤੇ ਉਹ ਆਡੀਓ ਹੈ ਕਿਉਂਕਿ ਅੱਗੇ ਫਿਲਮਾਂ 'ਚ ਮੈਂ ਬਹੁਤ ਜ਼ਿਆਦਾ ਬੋਲਣ ਵਾਲਾ ਕੈਰੈਕਟਰ ਸੀਗਾ ਇਸ ਫਿਲਮ 'ਚ ਉਹ ਹੈ ਕਿ ਮੁੰਡਾ ਅੱਖਾਂ ਨਾਲ ਜ਼ਿਆਦਾ ਗੱਲ ਕਰਦਾ ਹੈ ਉਵੇਂ ਜ਼ਿਆਦਾ ਬੋਲਦਾ ਨਹੀਂ ਕਿਉਂਕਿ ਕੁਛ ਐਸਾ ਹੋਇਆ ਜਿਹਦੇ ਕਰਕੇ ਉਹ ਇਸ ਤਰ੍ਹਾਂ ਦਾ ਬਣ ਗਿਆ ਹੈ ਨਾ ਹਾਂਜੀ ਬਿਲਕੁਲ ਸਹੀ ਜਵਾਬ ਹੁਣ ਤੀਸਰਾ ਤੁਹਾਨੂੰ ਇੱਕ ਮੂਵੀ ਦਾ ਨਾਮ ਉਲਟ ਪੁਲਟ ਕਰਕੇ ਦਿਖਾਇਆ ਜਾਊਗਾ ਹਾਂਜੀ ਮੂਵੀ ਦਾ ਨਾਮ ਪੰਜਾਬੀ ਮੂਵੀ ਦਾ ਨਾਮ ਅੱਗੇ ਪਿੱਛੇ ਲਾਉਣੇ ਉਹਨੇ ਜਿਵੇਂ ਸਪੋਜ਼ 4 ਅੱਖਰਾਂ ਦਾ ਟਾਈਟਲ ਹੈ ਤੁਸੀਂ ਉਹਨੂੰ ਅੱਗੇ ਪਿੱਛੇ ਲਾਉਣਾ ਅਸੀਂ ਉਹਨੂੰ ਦਰਸਤ ਕਰਨਾ ਯੈਸ ਓਕੇ ਤੇ ਉਹ ਨਾਮ ਹੈ ਹਾਂਜੀ ਕਿਸਮਤ ਬਿਲਕੁਲ ਸਹੀ ਜਵਾਬ 20.60 ਨੰਬਰ ਕਿੱਦਾਂ ਤੁਸੀਂ ਲੈ ਗਏ ਭਾਜੀ ਜੀ ਆਹ ਬਿੱਟੂ ਲੱਡੂ ਲੈ ਆਓ ਪੰਜਾਬੀ ਫਿਲਮ ਦਾ ਸਕਰੀਨ ਸ਼ਾਟ ਹੈ ਤੇ ਉਹ ਮੂਵੀ ਗੈਸ ਕਰਨੀ ਹੈ ਕਿਹੜੀ ਮੂਵੀ ਹੈ ਤੁਸੀਂ ਬਦਲ ਵੀ ਦੱਬ ਸਕਦੇ
ਤੇ ਉਹ ਸਕਰੀਨਸ਼ਾਟ ਹੈ ਉਹ ਕਿਸਮਤ ਮੈਂ ਕਹਿ ਨਹੀਂ ਦਿਖਾ ਉਹ ਹੱਥ ਉੱਤੇ ਰਹਿ ਗਿਆ ਥੋੜਾ ਜਿਹਾ ਫਰਕ ਰਹਿ ਗਿਆ ਤੇ ਉਹ ਸਕਰੀਨਸ਼ਾਟ ਹਾਂਜੀ ਭੁੱਲ ਗਿਆ ਭਾਜੀ ਭੁੱਲ ਗਿਆ ਕੈਰੀ ਔਨ ਚੱਟਾ ਟੂ ਨਹੀਂ ਭੁੱਲ ਗਿਆ ਭਾਜੀ ਆਈ ਬਹੁਤ ਗਈਆਂ ਇਹਨਾਂ ਦੀਆਂ ਬੰਦਾ ਜਵਾਬ ਕੀ ਦਊ ਪੰਮੇ ਵਾਲੀ ਫਿਲਮ ਆਈ ਆ ਭਾਜੀ ਜਵਾਬ ਕੀ ਦਊ ਬੰਦਾ ਇੰਨੀਆਂ ਮੂਵੀਆਂ ਆ ਗਈ ਟਾਈਮਰ ਆਊਟ ਹੋ ਚੁੱਕਿਆ ਤੁਸੀਂ ਜਵਾਬ ਦੇਣਾ ਚਾਹੋ ਕਿਹੜੀ ਕੈਰੀ ਔਨ ਜੱਟਾ 3 ਤੋਂ ਬਾਅਦ ਆਈ ਹੈ ਅੱਛਾ ਬਾਅਦ ਆਈ ਹੈ ਹਾਂਜੀ ਆ ਹੁਣੇ ਆਈ ਸੀ ਇੱਕ ਉਹ ਤੋਂ ਵੀ ਹਾਂ ਆ ਪਾਕਿਸਤਾਨੀ ਆ 3-4 ਜੀਆਂ ਗਏ ਸੀ ਮੋਜੇ ਮੋਜਾ ਵਾਜਦੇ ਇਹ ਸੀਗਾ ਸਹੀ ਜਵਾਬ ਇਹੀ ਸੀਗਾ ਸਹੀ ਜਵਾਬ ਜੇ ਇਹ ਪਹਿਲਾਂ ਤੁਸੀਂ ਦੇ ਆਏ ਹਾਂ ਜਿੱਤ ਜਾਂਦੇ ਮਤਲਬ 20 ਪੁਆਇੰਟਸ ਹੋਰ ਲੈ ਜਾਂਦੇ 20 ਪੁਆਇੰਟਸ ਹੋਰ ਲੈ ਜਾਂਦੇ ਚਲੋ ਹੁਣ ਦਿਖਾ ਦਿਲ ਦੀਆਂ ਧੜਕਣਾਂ ਐਦਾਂ ਭਾਜੀ ਵੱਧ ਰਹੀਆਂ ਨੇ ਤੇ ਹੁਣ ਫਾਈਨਲ ਰਿਜ਼ਲਟ ਅਨਾਊਂਸ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੋਹਾਂ ਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਮੇਰੇ ਕੋਲ ਆ ਜਾਓ ਸਾਡੇ ਅੱਜ ਦੇ ਇਸ ਸ਼ੋਅ ਦੇ ਜਿਹੜੇ ਵਿਨਰ ਨੇ ਉਹ ਨੇ ਕੌਣ ਹੋ ਸਕਦਾ ਇਹਨਾਂ ਦੇ ਦਿਲਾਂ ਦੀਆਂ ਧੜਕਣਾਂ ਤੇਜ਼ ਹੋ ਰਹੀਆਂ ਨੇ ਤੇਜ਼ ਹੋ ਰਹੀਆਂ ਨੇ ਤੇ ਇਸੇ ਦੇ ਨਾਲ ਹੀ ਸਾਡੇ ਅੱਜ ਦੇ ਇਸ ਸ਼ੋਅ ਦੇ ਵਿਨਰ ਨੇ ਸਰਬਜੀਤ ਚੀਮਾ ਜੀ 105 ਪੁਆਇੰਟਸ ਤੇ ਕੀ ਇਸ ਮੱਖਣ ਜੀ ਤੁਹਾਨੂੰ ਮਿਲੇ ਨੇ 70 ਪੁਆਇੰਟਸ ਤੇ ਇੱਕ ਸਰਪ੍ਰਾਈਜ਼ ਹੋ ਰਿਹਾ ਤੁਹਾਡੇ ਵਾਸਤੇ ਇਹ ਸਾਡੇ ਵੱਲੋਂ ਇੱਕ ਹੈਂਪਰ ਇਹ ਵੀ ਤੁਹਾਨੂੰ ਜਾਂਦਾ ਥੈਂਕ ਯੂ ਇੱਕ ਤੁਹਾਡੀ ਵਿਨਰ ਸਪੀਚ ਹੋ ਜੇ ਸਰਬਜੀਤ ਚੀਮਾ ਜੀ ਕਿਵੇਂ ਦਾ ਲੱਗਿਆ ਖੇਡ ਕੇ ਤੁਹਾਨੂੰ ਇਹ ਮੁਕਾਬਲਾ ਕਰਨ ਕਿਵੇਂ ਦਾ ਲੱਗਿਆ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਜੀ ਹਾਂਜੀ ਕੋਈ ਗੱਲ ਆਪਾਂ ਜਦੋਂ ਕੋਈ ਹੰਡਾਈ ਨਹੀਂ ਨਾ ਹੁੰਦੀ ਪ੍ਰੈਕਟੀਕਲੀ ਸਮਝ ਆਉਂਦੀ ਨਹੀਂ ਕਿਸੇ ਬੰਦੇ ਦੀ ਔਰ ਅਸੀਂ ਇਹ ਪ੍ਰੋਗਰਾਮ ਹੀ ਘੱਟ ਵਾਚ ਕੀਤੇ ਮਾਈਂਡ ਨਾ ਕਰੋ ਕੀਤੇ ਹੀ ਨਹੀਂ ਜੀ ਜਿਹੜੀ ਘੁੰਮਦੀ ਘੁੰਮਦੀ ਪੋਸਟ ਆ ਜਾਂਦੀ ਉਹ ਥੋੜ੍ਹੀ ਬਹੁਤੀ ਭਾਵਾਂ ਦੇਖੀ ਹੋਵੇ ਅਤੇ ਜਿਵੇਂ ਤੁਸੀਂ ਕਹਿ ਰਹੇ ਸੀਗੇ ਉਸੇ ਤਰ੍ਹਾਂ ਹੀ ਆ ਬਹੁਤ ਮਜ਼ਾ ਆਇਆ ਔਰ ਬੰਦਾ ਉਲਝਦਾ ਐਂਟਰਟੇਨਿੰਗ ਹੈ ਸਹੀ ਹੈ ਔਰ ਵਾਕਈ ਵਧੀਆ ਵਧੀਆ ਤੁਹਾਡਾ ਅੱਛਾ ਲੱਗਿਆ ਵਧੀਆ ਤੁਹਾਡਾ ਮੈਨੂੰ ਤਾਂ ਬਹੁਤ ਵਧੀਆ ਲੱਗਾ ਜੀ ਮੈਂ ਮੈਨੂੰ ਇਹ ਸੀ ਵੀ ਮੈਂ ਤੇਤੀਆਂ ਤੋਂ ਜਦੋਂ ਉੱਤੇ ਗਿਆ ਤੇ ਮੈਂ ਸਮਝ ਲਓ ਜਿੱਤਿਆ ਹੀ ਸਮਝਦਾ ਤੇ ਆਹ ਤੁਸੀਂ ਭਾਜੀ ਨੂੰ ਮੈਂ ਫੜਾ ਦੇਣਾ ਇੱਥੇ ਟੌਰ ਬਣ ਜੂ ਇੱਕ ਮੈਂ ਗੱਲ ਤੁਹਾਨੂੰ ਕਹਿਣੀ ਹੈ ਜੀ ਤੁਹਾਡੇ ਇਸ ਮਾਧਿਅਮ ਰਾਹੀਂ ਕਿ ਅਸੀਂ ਕੰਮ ਮੱਖਣ ਨੇ ਬਹੁਤ ਕੀਤਾ ਇੰਡਸਟਰੀ 'ਚ ਮੈਂ ਵੀ ਬਹੁਤ ਕੀਤਾ ਇਹਨੇ ਮੇਰਾ ਖਿਆਲ ਪੰਜਾਬ ਦੇ ਕਹਿੰਦੇ ਕਹਾਉਂਦੇ ਗਵਈਆਂ ਨਾਲੋਂ ਕੰਮ ਜ਼ਿਆਦਾ ਕੀਤਾ ਔਰ ਸਦਾ ਦੇਖੋ ਅੱਜ ਵੀ ਮੈਂ ਉਹਨੂੰ ਪਰਸੋਂ ਚੌਥੇ ਕਿਹਾ ਕਿ ਆਪਾਂ ਪ੍ਰੋਗਰਾਮ 'ਤੇ ਚੱਲਣਾ ਇਹ ਉਮਰ ਛੋਟੀ ਕੋਈ 2-4 ਸਾਲ ਦਾ ਕੋਈ ਇੰਨਾ ਜ਼ਿਆਦਾ ਫਰਕ ਨਹੀਂ ਹੁੰਦਾ ਪਰ ਮੱਖਣ ਨੇ ਮਤਲਬ ਇੰਨਾ ਜ਼ਿਆਦਾ ਸਟਾਰਡਮ ਹੰਢਾ ਕੇ ਇੰਨਾ ਜ਼ਿਆਦਾ ਕੰਮ ਕਰਕੇ ਜਿਹੜਾ ਮੈਨੂੰ ਇੱਜ਼ਤ ਮਾਣ ਅੱਜ ਤੱਕ ਬਖਸ਼ਿਆ ਉਹਦਾ ਮੇਰੇ ਖਿਆਲ ਮੁੱਲ ਮੈਂ ਕਦੇ ਨਹੀਂ ਮੁੱਕ ਸਕਦਾ ਮੇਰੇ ਲਈ ਇਹ ਬਹੁਤ ਪਿਆਰਾ ਗੀਤ ਅਤੇ ਮੈਂ ਕਹਿੰਦੀ ਜਾਣ ਤੋਂ ਪਹਿਲਾਂ ਇੱਕ ਗਾਣਾ ਹੋ ਜੇ ਹਾਂਜੀ ਅਸੀਂ ਤੁਹਾਨੂੰ ਦੋਵੇਂ ਜਾਣੇ ਗਾਣਾ ਸੁਣਾਉਂਦੇ ਆ ਜੀ ਜਿਹੜਾ ਸਾਡੀ ਐਲਬਮ ਦਾ ਮੱਖਣ ਦੇ ਸਟਾਈਲ ਦਾ ਗੀਤ ਆ ਜੀ ਓ ਮਸਲਾ ਨਾ ਗੁੰਦਿਆ ਸਰੀਰ ਜੱਟ ਦਾ ਜਿੱਧਰ ਵੀ ਜਾਂਦਾ ਜਾਵੇ ਧੂੜਾਂ ਪੱਟਦਾ ਓ ਮਸਲਾ ਨਾ ਗੁੰਦਿਆ ਸਰੀਰ ਜੱਟ ਦਾ ਜਿੱਧਰ ਵੀ ਜਾਂਦਾ ਜਾਵੇ ਧੂੜਾਂ ਪੱਟਦਾ ਓਏ ਅੱਖਾਂ ਤੇ ਧੋਣਾ ਵੀ ਰੱਖਣ ਨੀ ਵੀ ਆ ਤੇ ਬੈਰੀ ਕੀਤੇ ਪੈਣੇ ਥੋਸੋ
ਉਹ ਧੱਕ ਕੇ ਇਹਨੂੰ ਕਹਿੰਦੇ ਕਿੱਦਾਂ ਪਾਈ ਜਾਂਦੀ ਆ ਤੂੰ ਕਦੇ ਸਾਡੇ ਕੋਲੋਂ ਪੁੱਛ ਧੱਕ ਕੇ ਇਹਨੂੰ ਕਹਿੰਦੇ ਕਿੱਦਾਂ ਪਾਈ ਜਾਂਦੀ ਆ ਤੂੰ ਕਦੇ ਸਾਡੇ ਕੋਲੋਂ ਪੁੱਛ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਆਪਣੀਆਂ ਫੇਵਰੇਟ ਪੰਜਾਬੀ ਫਿਲਮਾਂ ਅਤੇ ਸ਼ੋਜ਼ ਵੇਖਣ ਲਈ ਸਬਸਕ੍ਰਾਈਬ ਕਰੋ ਪਿਟਾਰਾ ਦਾ ਅਫੀਸ਼ੀਅਲ ਯੂਟਿਊਬ ਚੈਨਲ ਤੇ ਪ੍ਰੈਸ ਕਰੋ ਬੈਲ ਆਈਕਨ ਕੋਈ ਵੀ ਲੇਟੈਸਟ ਅਪਡੇਟ ਮਿਸ ਨਾ ਕਰਨ ਲਈ।